ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ 'ਤੇ। ਮੈਂ ਹਾਂ ਸੁਮਨਪ੍ਰੀਤ ਕੌਰ। ਜੇਕਰ ਤੁਸੀਂ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਅੱਜ ਦੀ ਇਹ ਕਲਾਸ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਆ, ਕਿਉਂਕਿ ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਨ ਵਾਲੇ ਹਾਂ ਭਾਰਤੀ ਸੰਵਿਧਾਨ ਦਾ ਭਾਗ 2, ਜਿਹੜਾ ਕਿ ਨਾਗਰਿਕਤਾ ਨਾਲ ਸੰਬੰਧਿਤ ਆ। ਆਰਟੀਕਲ ਨੇ ਇਹਦੇ ਵਿੱਚ 5 ਤੋਂ 11 ਤੱਕ, ਅਤੇ ਇਸ ਦੇ ਨਾਲ ਰਿਲੇਟਿਡ ਅਸੀਂ ਇੰਪੋਰਟੈਂਟ ਐਮ ਸੀ ਕਿਊ ਕਵਰ ਕਰਾਂਗੇ, ਜਿਹੜੇ ਕਿ ਅਲੱਗ ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟ ਹੋ ਚੁੱਕੇ ਨੇ। ਤਾਂ ਸਭ ਤੋਂ ਪਹਿਲਾਂ ਦੇਖੋ ਅੱਜ ਦੀ ਸਾਡੀ ਕਲਾਸ ਕਿਹਦੇ ਨਾਲ ਸੰਬੰਧਿਤ ਆ, ਨਾਗਰਿਕਤਾ ਨਾਲ। ਨਾਗਰਿਕਤਾ ਨਾਲ ਸੰਬੰਧਿਤ ਜਾਣਕਾਰੀ ਸਾਨੂੰ ਭਾਰਤੀ ਸੰਵਿਧਾਨ ਦੇ ਭਾਗ 2 ਦੇ ਵਿੱਚ ਆਰਟੀਕਲ 5 ਤੋਂ 11 ਤੱਕ ਮਿਲਦੀ ਆ। ਜੇਕਰ ਤੁਸੀਂ ਕਿਸੇ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਨਹੀਂ ਵੀ ਕਰ ਰਹੇ, ਫਿਰ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਭਾਰਤ ਦੀ ਨਾਗਰਿਕਤਾ ਕਿਵੇਂ ਪ੍ਰਾਪਤ ਕਰ ਸਕਦੇ ਹਾਂ, ਜਾਂ ਕੋਈ ਵੀ ਵਿਅਕਤੀ ਭਾਰਤ ਦੀ ਨਾਗਰਿਕਤਾ ਕਿਵੇਂ ਲੈ ਸਕਦਾ। ਠੀਕ ਹੈ, ਤਾਂ ਇਹ ਜਾਣਕਾਰੀ ਤੁਹਾਨੂੰ ਜਿਹੜੀ ਮਿਲਦੀ ਆ ਭਾਗ 2 ਦੇ ਵਿੱਚ ਤਾਂ ਮਿਲਦੀ ਆ। ਪਰ ਤੁਸੀਂ ਪਹਿਲਾਂ ਦੇਖੋ ਕਿ ਪੰਜਾਬ ਪੁਲਿਸ ਕਾਂਸਟੇਬਲ ਦਾ ਪੇਪਰ ਜਿਹੜਾ 2023 ਦੇ ਵਿੱਚ ਹੋਇਆ ਸੀ, ਉਹਦੇ ਵਿੱਚ ਕਿੰਨੇ ਜ਼ਿਆਦਾ ਐਮ ਸੀ ਕਿਊ ਇਸ ਟੋਪਿਕ ਦੇ ਵਿੱਚੋਂ ਆਏ ਆ, ਨਾਗਰਿਕਤਾ ਨਾਲ ਸੰਬੰਧਿਤ ਜਿਹੜੇ ਐਮ ਸੀ ਕਿਊ ਆ ਉਹ ਤੁਸੀਂ ਦੇਖ ਸਕਦੇ ਹੋ। ਇਹ ਐਮ ਸੀ ਕਿਊ ਮੈਂ ਤੁਹਾਨੂੰ ਲਾਸਟ 'ਤੇ ਕਰਵਾਵਾਂਗੀ, ਪਹਿਲਾਂ ਮੈਂ ਆਪਣੀ ਕਲਾਸ ਤੁਹਾਨੂੰ ਕਵਰ ਕਰਵਾਵਾਂਗੀ। ਆਪਣੀ ਕਲਾਸ ਦਾ ਮਤਲਬ ਕੀ ਆ ਕਿ ਜਿਹੜੇ ਮੈਂ ਤੁਹਾਡੇ ਲਈ ਨੋਟਸ ਤਿਆਰ ਕੀਤੇ ਆ ਉਹ ਵੀ ਅਲੱਗ ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟਿਡ ਐਮ ਸੀ ਕਿਊ ਹੀ ਲਏ ਆ, ਪਰ ਉਹਦੇ ਵਿੱਚ ਕੀ ਹੈ ਕਿ ਮੈਂ ਸੀਕੁਐਂਸ ਵਾਈਜ਼ ਐਮ ਸੀ ਕਿਊ ਰੱਖੇ ਆ, ਤਾਂ ਜੋ ਤੁਹਾਨੂੰ ਸਮਝ ਆ ਜਾਏ ਕਿ ਇਸ ਦੇ ਵਿੱਚ ਗੱਲ ਅਸੀਂ ਕੀ ਕਰ ਰਹੇ ਹਾਂ ਅਤੇ ਕੀ ਹੁੰਦੀ ਹੈ ਨਾਗਰਿਕਤਾ ਕਿਵੇਂ ਆ, ਜਾਂ ਕਿਵੇਂ ਇਹਦੀ ਜਾਣਕਾਰੀ ਮਿਲਦੀ ਹੈ, ਕੀ ਮਤਲਬ ਆ, ਜਿਹੜੇ ਸਟੂਡੈਂਟਸ ਨੂੰ ਨਹੀਂ ਪਤਾ ਹੈਗਾ। ਤਾਂ ਇਸ ਕਰਕੇ ਇਹ ਐਮ ਸੀ ਕਿਊ ਮੈਂ ਤੁਹਾਨੂੰ ਲਾਸਟ 'ਤੇ ਕਰਵਾਵਾਂਗੀ। ਜੇਕਰ ਤੁਸੀਂ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਇਸ ਕਲਾਸ ਨੂੰ ਭੁੱਲ ਕੇ ਵੀ ਨਾ ਛੱਡਿਓ। ਠੀਕ ਹੈ, ਤਾਂ ਦੇਖੋ ਜੀ, ਨਾਗਰਿਕਤਾ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਹੈ ਜਾਂ ਨਾਗਰਿਕਤਾ ਨਾਲ ਸੰਬੰਧਿਤ ਐਮ ਸੀ ਕਿਊ ਇੰਨੇ ਜ਼ਿਆਦਾ ਆਏ ਹੋਏ ਆ ਪੇਪਰ ਦੇ ਵਿੱਚ, ਤਾਂ ਪਹਿਲਾਂ ਆਪਾਂ ਆਪਣੀ ਸੀਕੁਐਂਸ ਵਾਈਜ਼ ਕਲਾਸ ਕਵਰ ਕਰਦੇ ਹਾਂ। ਇਹ ਐਮ ਸੀ ਕਿਊ ਆ ਜਿਹੜੇ ਅਲੱਗ ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟ ਹੋ ਚੁੱਕੇ ਨੇ, ਜ਼ਿਆਦਾਤਰ ਐਸ ਐਸ ਸੀ ਐਗਜ਼ਾਮ ਦੇ ਵਿੱਚੋਂ ਮੈਂ ਲਏ ਆ, ਕਿਉਂਕਿ ਪੰਜਾਬ ਪੁਲਿਸ ਕਾਂਸਟੇਬਲ ਦੇ ਜਿਹੜੇ ਪੇਪਰ ਆ ਉਹ ਟੀ ਸੀ ਐਸ ਬੋਰਡ ਲੈਂਦਾ ਅਤੇ ਇਹ ਐਸ ਐਸ ਸੀ ਨੂੰ ਹੀ ਫੋਲੋ ਕਰਦਾ। ਠੀਕ ਹੈ, ਹਾਂਜੀ, ਸਭ ਤੋਂ ਪਹਿਲਾਂ ਦੇਖੋ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਨਾਗਰਿਕਤਾ ਨਾਲ ਸੰਬੰਧਿਤ ਧਾਰਾਵਾਂ ਹਨ। ਹਾਂਜੀ, ਦੇਖੋ ਜਿਵੇਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਧਾਰਾ ਅਸੀਂ ਪੰਜਾਬੀ 'ਚ ਬੋਲ ਦਿੰਦੇ ਹਾਂ, ਹਿੰਦੀ 'ਚ ਅਨੁਛੇਦ ਬੋਲ ਦਿੰਦੇ ਹਾਂ, ਇੰਗਲਿਸ਼ ਦੇ ਵਿੱਚ ਆਰਟੀਕਲ ਬੋਲ ਦਿੰਦੇ ਹਾਂ, ਤਾਂ ਭਾਰਤੀ ਸੰਵਿਧਾਨ ਦਾ ਉਹ ਕਿਹੜਾ ਭਾਗ ਆ ਜਿਹਦੇ ਵਿੱਚ ਨਾਗਰਿਕਤਾ ਨਾਲ ਸੰਬੰਧਿਤ ਆਰਟੀਕਲ ਆ? ਇਹ ਹੈਗਾ ਜੀ ਭਾਗ 2, ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਭਾਗ 2 ਦੇ ਵਿੱਚ ਆਰਟੀਕਲ 5 ਤੋਂ 11 ਸਾਨੂੰ ਨਾਗਰਿਕਤਾ ਨਾਲ ਸੰਬੰਧਿਤ ਜਾਣਕਾਰੀ ਮਿਲਦੀ ਆ। ਅਤੇ ਭਾਰਤੀ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਨਾਗਰਿਕਤਾ ਨਾਲ ਸੰਬੰਧਿਤ ਆਰਟੀਕਲ ਆ? ਹਾਂਜੀ, ਭਾਗ ਕਿਹੜਾ ਵਾ? 2, ਅਤੇ ਆਰਟੀਕਲ ਕਿੰਨੇ ਤੋਂ ਕਿੰਨੇ ਤੱਕ ਆ? 5 ਤੋਂ 11, ਇਹ ਐਗਜ਼ਾਮ ਦੇ ਵਿੱਚ ਆ ਚੁੱਕਿਆ। ਆਪਸ਼ਨ ਨੰਬਰ ਬੀ ਇੱਥੇ ਰਾਈਟ ਆਨਸਰ ਹੈ। ਦੇਖੋ 1 ਤੋਂ 4 ਕਿਹਦੇ ਨਾਲ ਸੰਬੰਧਿਤ ਸੀ? ਸੰਘ ਅਤੇ ਰਾਜ ਖੇਤਰ ਨਾਲ। 5 ਤੋਂ 11 ਤੱਕ ਹੈਗੇ ਆ ਜੀ ਨਾਗਰਿਕਤਾ ਦੇ ਨਾਲ ਸੰਬੰਧਿਤ, ਅਤੇ 12 ਤੋਂ 35 ਤੱਕ ਹੈਗੇ ਮੌਲਿਕ ਅਧਿਕਾਰ, 36 ਤੋਂ 52 ਤੱਕ ਹੈਗੇ ਆ ਮੌਲਿਕ ਕਰਤੱਵ। ਕਲੀਅਰ? ਹੁਣ ਜਿਹੜੇ ਆਰਟੀਕਲ 5 ਤੋਂ 11 ਵਾ, ਇੱਕ ਵਾਰੀ ਇਹਨਾਂ ਨੂੰ ਧਿਆਨ ਨਾਲ ਦੇਖ ਲੈਂਦੇ ਹਾਂ ਤਾਂ ਜੋ ਤੁਹਾਡੇ ਲਈ ਕਲਾਸ ਆ ਜਿਹੜੀ ਐਜ਼ ਆ ਟੈਸਟ ਮੰਨ ਕੇ ਤੁਸੀਂ ਇਹਨੂੰ ਅਟੈਂਪਟ ਕਰ ਸਕੋ। ਠੀਕ ਹੈ, ਆਪਣੀ ਕਲਾਸ ਨੂੰ। ਤਾਂ ਸਭ ਤੋਂ ਪਹਿਲਾਂ ਦੇਖੋ ਆਰਟੀਕਲ 5 ਆ। ਆਰਟੀਕਲ 5 ਦੇ ਵਿੱਚ ਭਾਰਤੀ ਸੰਵਿਧਾਨ ਦੇ ਆਰੰਭ ਵਿੱਚ ਨਾਗਰਿਕਤਾ ਦੀ ਜਾਣਕਾਰੀ ਮਿਲਦੀ ਆ। ਦੇਖੋ ਭਾਰਤੀ ਸੰਵਿਧਾਨ ਲਿਖਣਾ ਕਦੋਂ ਸ਼ੁਰੂ ਹੋਇਆ ਸੀ? 1946 ਦੇ ਵਿੱਚ, ਅਤੇ ਫਿਰ 1947 ਦੇ ਵਿੱਚ ਜਾ ਕੇ ਵੰਡ ਹੋ ਗਈ, ਅਤੇ ਬਣ ਕੇ ਕਦੋਂ ਤਿਆਰ ਹੋਇਆ? 1949 ਦੇ ਵਿੱਚ। ਲਾਗੂ ਕਦੋਂ ਹੋਇਆ? 1950 ਦੇ ਵਿੱਚ। ਹੁਣ 1947 ਦੇ ਵਿੱਚ ਜਾ ਕੇ ਭਾਰਤ ਅਤੇ ਪਾਕਿਸਤਾਨ ਦੀ ਵੰਡ ਹੋਈ ਆ, ਅਤੇ ਵੰਡ ਦੇ ਕਾਰਨ ਫਿਰ ਸਵਾਲ ਇਹ ਉੱਠਿਆ ਕਿ ਭਾਰਤ ਦੇ ਨਾਗਰਿਕ ਹੋਣਗੇ ਤਾਂ ਹੋਣਗੇ ਕਿਹੜੇ? ਉਹਦੇ ਲਈ ਉਹਨਾਂ ਨੇ ਕੰਡੀਸ਼ਨ ਦੇ ਤੀ ਕਿ ਭਾਰਤ ਦਾ ਨਾਗਰਿਕ ਜਿਹਦਾ ਜਨਮ ਭਾਰਤ ਵਿੱਚ ਹੋਇਆ ਉਹ ਵੀ ਭਾਰਤ ਦਾ ਨਾਗਰਿਕ ਹੋਵੇਗਾ, ਜਿਹਦੇ ਮਾਤਾ ਪਿਤਾ ਭਾਰਤੀ ਆ
ਜਿਹਦੇ ਮਾਤਾ ਪਿਤਾ ਦਾ ਜਨਮ ਭਾਰਤ ਵਿੱਚ ਹੋਇਆ ਹੋਵੇ ਉਹ ਵੀ ਬੰਦਾ ਭਾਰਤ ਦਾ ਨਾਗਰਿਕ ਹੋਊਗਾ, ਅਤੇ ਜਿਹੜੇ ਸੰਵਿਧਾਨ ਲਾਗੂ, ਯਾਨੀ ਕਿ ਸੰਵਿਧਾਨ ਲਾਗੂ ਕਦੋਂ ਹੋਇਆ, 26 ਜਨਵਰੀ 1950, ਜਿਹੜੇ ਸੰਵਿਧਾਨ ਲਾਗੂ ਹੋਣ ਤੋਂ ਪਹਿਲਾਂ 1950 ਤੋਂ ਪਹਿਲਾਂ 5 ਸਾਲ ਪਹਿਲਾਂ ਭਾਰਤ ਵਿੱਚ ਰਹਿੰਦਾ ਜਿਹੜਾ ਵਿਅਕਤੀ ਉਹ ਵੀ ਭਾਰਤ ਦਾ ਨਾਗਰਿਕ ਹੋਵੇਗਾ। ਜੇਕਰ ਇਹਨਾਂ ਵਿੱਚੋਂ ਕੋਈ ਇੱਕ ਵੀ ਲਾਗੂ ਹੁੰਦਾ ਵਾ, ਕੋਈ ਇੱਕ ਵੀ ਕੰਡੀਸ਼ਨ ਫੋਲੋ ਕਰਦਾ, ਤਾਂ ਉਹ ਭਾਰਤ ਦੀ ਨਾਗਰਿਕਤਾ ਮਿਲ ਸਕਦੀ ਹੈ ਉਸ ਵਿਅਕਤੀ ਨੂੰ। ਠੀਕ ਹੈ, ਇਹ ਜਾਣਕਾਰੀ ਸਾਨੂੰ ਭਾਰਤੀ ਸੰਵਿਧਾਨ ਦੇ ਭਾਗ 5 ਦੇ ਵਿੱਚ ਮਿਲਦੀ ਹੈ। ਅੱਗੇ ਆ ਜੀ ਭਾਰਤੀ ਸੰਵਿਧਾਨ ਦਾ ਅਨੁਛੇਦ 6, ਜਿਹਦੇ ਵਿੱਚ ਸਾਨੂੰ ਜਾਣਕਾਰੀ ਮਿਲਦੀ ਹੈ ਕਿ ਪਾਕਿਸਤਾਨ ਤੋਂ ਭਾਰਤ ਆਏ ਲੋਕਾਂ ਦੀ ਨਾਗਰਿਕਤਾ, ਇਸ ਨੂੰ ਵੀ ਵੰਡ ਨੂੰ ਧਿਆਨ ਵਿੱਚ ਰੱਖ ਕੇ ਹੀ ਬਣਾਇਆ ਗਿਆ, ਕਿਉਂਕਿ 1947 ਵਿੱਚ ਜਦ ਵੰਡ ਹੋਈ ਆ ਬਹੁਤ ਸਾਰੇ ਲੋਕ ਪਾਕਿਸਤਾਨ ਵਿੱਚੋਂ ਭਾਰਤ ਆਏ ਸੀ, ਅਤੇ ਭਾਰਤ ਤੋਂ ਵੀ ਬਹੁਤ ਸਾਰੇ ਲੋਕ ਪਾਕਿਸਤਾਨ ਵਿੱਚ ਜਾ ਕੇ ਵੱਸ ਗਏ, ਤਾਂ ਉਸ ਸਮੇਂ ਸੰਵਿਧਾਨ ਬਣ ਰਿਹਾ ਸੀ। ਫਿਰ ਇੱਕ ਪਰਮਿਟ ਪਾਸ ਕੀਤਾ ਗਿਆ 19 ਜੁਲਾਈ 1948 ਨੂੰ। ਕਦੋਂ ਪਰਮਿਟ ਪਾਸ ਹੋਇਆ? 19 ਜੁਲਾਈ 1948 ਨੂੰ ਪਰਮਿਟ ਪਾਸ ਕੀਤਾ ਗਿਆ, ਜਿਹਦਾ ਮਤਲਬ ਸੀ ਕਿ ਜੇਕਰ ਤੁਸੀਂ ਭਾਰਤ ਤੋਂ ਪਾਕਿਸਤਾਨ ਜਾ ਰਹੇ ਹੋ ਤਾਂ ਤੁਸੀਂ ਲਿਖਵਾ ਕੇ ਜਾਓ ਕਿ ਅਸੀਂ ਭਾਰਤ ਛੱਡ ਕੇ ਜਾ ਰਹੇ ਹਾਂ। ਜੇਕਰ ਤੁਸੀਂ ਪਾਕਿਸਤਾਨ ਤੋਂ ਭਾਰਤ ਆਏ ਹਾਂ ਤਾਂ ਉੱਥੋਂ ਵੀ ਲਿਖਵਾ ਕੇ ਆਓ, ਅਤੇ ਤਾਂ ਇਹ ਪਰਮਿਟ ਆ ਜਿਹੜਾ ਲੱਗ ਜਾਵੇਗਾ। ਠੀਕ ਹੈ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਅਤੇ ਇਸ ਦੇ ਵਿੱਚ 2 ਤਰ੍ਹਾਂ ਦੇ ਲੋਕ ਸੀਗੇ, ਕੁਝ ਲੋਕ ਤਾਂ ਪਰਮਿਟ ਨਿਜ਼ਮ ਲਾਗੂ ਹੋਣ ਤੋਂ ਪਹਿਲਾਂ ਹੀ ਆ ਗਏ ਸੀ, ਯਾਨੀ ਕਿ 19 ਜੁਲਾਈ 1948 ਤੋਂ ਪਹਿਲਾਂ ਹੀ ਆ ਗਏ, ਪਰ ਕੁਝ ਲੋਕ ਬਾਅਦ ਵਿੱਚ ਆਏ। ਜਿਹੜੇ ਬਾਅਦ ਵਿੱਚ ਆਏ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਪਹਿਲਾਂ ਪਰਮਿਟ ਭਰੋ, ਇਹ ਭਰਨ ਤੋਂ ਬਾਅਦ ਤੁਹਾਨੂੰ 6 ਮਹੀਨੇ ਬਾਅਦ ਨਾਗਰਿਕਤਾ ਮਿਲੇਗੀ। ਠੀਕ ਹੈ, ਨੈਕਸਟ ਹੈ ਜੀ ਆਰਟੀਕਲ 7। ਆਰਟੀਕਲ 7 ਦੇ ਵਿੱਚ ਉਹਨਾਂ ਲੋਕਾਂ ਬਾਰੇ ਨਾਗਰਿਕਤਾ ਦੀ ਜਾਣਕਾਰੀ ਮਿਲਦੀ ਹੈ ਜਿਹੜੇ ਭਾਰਤ ਵਿੱਚੋਂ ਪਾਕਿਸਤਾਨ ਚਲੇ ਗਏ ਸੀ। ਜਦੋਂ ਵੰਡ ਹੋਣੀ ਸੀਗੀ, ਵੰਡ ਦਾ ਰੌਲਾ ਪੈ ਗਿਆ ਸੀ, ਅੱਧੇ ਲੋਕ ਪਹਿਲਾਂ ਹੀ ਪਾਕਿਸਤਾਨ ਚਲੇ ਗਏ ਸੀ, ਪਰ ਜਦੋਂ ਵਾਪਸ ਆਏ ਤਾਂ ਉਹਨਾਂ ਲਈ ਵੀ ਇਹੀ ਪਰਮਿਟ ਲਾਗੂ ਕੀਤਾ ਗਿਆ ਕਿ ਤੁਸੀਂ 6 ਮਹੀਨੇ ਦੀ ਤੁਹਾਨੂੰ ਜਿਹੜਾ ਰਜਿਸਟ੍ਰੇਸ਼ਨ ਫੋਰਮ ਉਹ ਫਿਲ ਕਰਨਾ ਹੀ ਪੈਣਾ। ਠੀਕ ਹੈ, ਆਰਟੀਕਲ 6 ਅਤੇ 7 ਆ ਜਿਹੜੇ ਉਸ ਸਮੇਂ ਦੀ ਸਥਿਤੀ ਨੂੰ ਕੰਟਰੋਲ ਕਰਨ ਦੇ ਲਈ ਬਣਾਏ ਗਏ ਸੀਗੇ। ਫਿਰ ਆਰਟੀਕਲ 8 ਆ, ਇਹ ਭਾਰਤ ਦੇ ਬਾਹਰ ਰਹਿ ਰਿਹਾ ਬੱਚਾ ਭਾਰਤ ਦਾ ਨਾਗਰਿਕ ਹੋਵੇਗਾ ਕਿ ਨਹੀਂ, ਉਸ ਦੀ ਜਾਣਕਾਰੀ ਇਸ ਦੇ ਵਿੱਚ ਮਿਲਦੀ ਆ। ਅਤੇ ਇਹਦੇ ਵਿੱਚ ਕੀ ਹੈ ਕਿ ਭਾਰਤ ਦੇ ਵਿੱਚ ਜੇਕਰ ਉਸ ਬੱਚੇ ਦੇ ਮਾਤਾ ਪਿਤਾ ਭਾਰਤੀ ਆ, ਜਿਹੜਾ ਬੱਚਾ ਭਾਰਤ ਤੋਂ ਬਾਹਰ ਰਿਹਾ, ਤਾਂ ਉਹ ਵੀ ਭਾਰਤ ਦਾ ਨਾਗਰਿਕ ਹੀ ਹੋਵੇਗਾ, ਇਹ ਆਰਟੀਕਲ 8 ਦੇ ਵਿੱਚ ਕਹਿ ਦਿੱਤਾ ਗਿਆ ਵਾ। ਠੀਕ ਹੈ, ਆਰਟੀਕਲ 9 ਦੇ ਵਿੱਚ ਆ, ਵਿਦੇਸ਼ੀ ਨਾਗਰਿਕਤਾ ਲੈਣ 'ਤੇ ਭਾਰਤ ਦੀ ਨਾਗਰਿਕਤਾ ਖਤਮ ਹੋ ਜਾਵੇਗੀ। ਜਿਵੇਂ ਹੁਣ ਲੋਕ ਜਾਂਦੇ ਆ ਕੈਨੇਡਾ ਦੇ ਵਿੱਚ ਪੱਕੇ ਹੋ ਜਾਂਦੇ ਆ, PR ਹੋ ਜਾਂਦੇ ਆ, ਤਾਂ ਉਸ ਸਮੇਂ ਜਦੋਂ ਉਹਨਾਂ ਨੂੰ ਉੱਧਰਲੀ ਨਾਗਰਿਕਤਾ ਮਿਲ ਗਈ ਤਾਂ ਇੱਧਰਲੀ ਨਾਗਰਿਕਤਾ ਖਤਮ, ਯਾਨੀ ਕਿ ਹੁਣ ਉਹ ਇੱਧਰ ਕਿਸੇ ਵੀ ਕੋਈ ਸਰਕਾਰੀ ਨੌਕਰੀ ਲਈ ਅਪਲਾਈ ਨਹੀਂ ਕਰ ਸਕਦੇ, ਕੋਈ ਵੋਟ ਨਹੀਂ ਲੜ ਸਕਦੇ, ਚੋਣਾਂ ਨਹੀਂ ਲੜ ਸਕਦੇ ਗੇ। ਠੀਕ ਹੈ, ਇਹ ਇਹਦੇ ਵਿੱਚ ਆਰਟੀਕਲ 10 ਇਹਦੇ ਵਿੱਚ ਹੈ ਕਿ ਜਦੋਂ ਤੱਕ ਕੋਈ ਵਿਅਕਤੀ ਅਪਰਾਧ ਨਾ ਕਰੇ ਉਸਦੀ ਨਾਗਰਿਕਤਾ ਬਣੀ ਰਹੇਗੀ। ਮਤਲਬ ਜਿਵੇਂ ਚੀਨ ਅਤੇ ਭਾਰਤ ਦੇ ਵਿੱਚ ਘਰ ਯੁੱਧ ਚੱਲ ਰਿਹਾ, ਅਤੇ ਵਿਅਕਤੀ ਬੋਲੀ ਜਾਵੇ, ਕੋਈ ਵੀ ਵਿਅਕਤੀ ਬੋਲੀ ਜਾਵੇ ਚੀਨ ਜਿੰਦਾਬਾਦ, ਤਾਂ ਚੀਨ ਦੇ ਫੇਵਰ ਦੀ ਗੱਲ ਕਰੇ ਤਾਂ ਉਹਦੀ ਨਾਗਰਿਕਤਾ ਖਤਮ ਕਰ ਦਿੱਤੀ ਜਾਊਗੀ ਕਿ ਜਾ ਹੁਣ ਤੂੰ ਚੀਨ ਕੋਲ ਜਾ ਵੜਾ। ਠੀਕ ਹੈ, ਇਸ ਤਰ੍ਹਾਂ। ਅਤੇ ਇਹ ਜਿਹੜੇ ਆਰਟੀਕਲ ਆ ਉਸ ਸਮੇਂ ਦੀ ਸਥਿਤੀ ਨੂੰ ਕੰਟਰੋਲ ਕਰਨ ਲਈ ਬਣਾਏ ਗਏ। ਅੱਗੇ ਆਰਟੀਕਲ 11 ਮੈਂ ਟਾਈਪ ਕਰਨਾ ਭੁੱਲ ਗਈ, ਇਹਦੇ ਵਿੱਚ ਕੀ ਸੀਗਾ ਕਿ ਅਸੀਂ ਜੇ ਇਹਦੇ ਵਿੱਚ ਇਹ ਲਿਖ ਦਿੱਤਾ ਗਿਆ, ਦੇਖੋ ਇਹਦੇ ਵਿੱਚ ਮੇਨ ਕੀ ਹੈ, ਤੁਸੀਂ ਯਾਦ ਰੱਖਣਾ ਕਿ ਨਾਗਰਿਕਤਾ ਸੰਬੰਧੀ ਕਾਨੂੰਨ ਸੰਸਦ ਬਣਾਏਗੀ, ਇਹ ਅਧਿਕਾਰ ਸੰਸਦ ਦੇ ਗ੍ਰਹਿ ਮੰਤਰਾਲੇ ਕੋਲ ਆ। ਪੇਪਰ ਦੇ ਵਿੱਚ ਆਇਆ ਸਕਦਾ ਕਿ ਨਾਗਰਿਕਤਾ ਦੇ ਕਾਨੂੰਨ ਬਣਾਉਣ ਦਾ ਅਧਿਕਾਰ ਕਿਹੜੇ ਮੰਤਰਾਲੇ ਕੋਲ ਆ? ਗ੍ਰਹਿ ਮੰਤਰਾਲੇ ਕੋਲ ਆ। ਠੀਕ ਹੈ, ਨਾਗਰਿਕਤਾ ਸੰਬੰਧੀ ਕਾਨੂੰਨ ਸੰਸਦ ਬਣਾਉਂਦੀ ਆ, ਅਤੇ ਅਧਿਕਾਰ ਸੰਸਦ ਦੇ ਗ੍ਰਹਿ ਮੰਤਰਾਲੇ ਕੋਲ ਆ। ਇਹ ਅਨੁਛੇਦ ਉਸ ਸਮੇਂ ਦੇ ਮਾਹੌਲ ਨੂੰ ਕੰਟਰੋਲ ਕਰਨ ਲਈ ਬਣਾਏ ਗਏ ਸੀਗੇ, ਜਿਹੜੇ 5 ਤੋਂ ਲੈ ਕੇ 10 ਤੱਕ ਆ। ਠੀਕ ਹੈ, ਪਰ ਬਾਅਦ ਵਿੱਚ ਇਹ ਕਹਿ ਦਿੱਤਾ ਗਿਆ
ਕਿ ਅਸੀਂ ਇਹ ਮਾਹੌਲ ਕੰਟਰੋਲ ਕਰਨ ਲਈ ਬਣਾਏ ਆ। ਅੱਗੇ ਜਾ ਕੇ ਜਦੋਂ ਮਾਹੌਲ ਸ਼ਾਂਤ ਹੋ ਜਾਵੇਗਾ, ਸੰਸਦ ਆਪਣੀ ਸੋਚ ਸਮਝ ਦੇ ਨਾਲ ਇਹ ਨਾਗਰਿਕਤਾ ਸੰਬੰਧੀ ਨਵੇਂ ਕਾਨੂੰਨ ਬਣਾਏਗੀ। ਜਦੋਂ ਮਾਹੌਲ ਜਾ ਕੇ ਸ਼ਾਂਤ ਹੋਇਆ ਤਾਂ 1955 ਦੇ ਵਿੱਚ ਸੰਸਦ ਨੇ ਕਾਨੂੰਨ ਬਣਾਇਆ ਜਿਹਨੂੰ ਨਾਗਰਿਕਤਾ ਅਧੀਨਿਜ਼ਮ 1955 ਬੋਲਦੇ ਆ। ਕਲੀਅਰ ਹੋਇਆ ਹੁਣ ਤੁਹਾਨੂੰ? ਤਾਂ 1955 ਇਹ ਵੀ ਤੁਹਾਡੇ ਲਈ ਇੰਪੋਰਟੈਂਟ ਆ, ਇਹ ਵੀ ਐਜ਼ ਐਮ ਸੀ ਕਿਊ ਹੀ ਅੱਗੇ ਕਰਾਂਗੇ। ਤਾਂ ਭਾਰਤ ਵਿੱਚ ਨਾਗਰਿਕਤਾ ਨੂੰ ਕਿੰਨੇ ਪ੍ਰਕਾਰ ਦੀ ਨਾਗਰਿਕਤਾ ਦਿੱਤੀ ਗਈ ਹੈ? ਹਾਂਜੀ, ਜਿਹੜੇ ਭਾਰਤ ਦੇ ਨਾਗਰਿਕ ਆ ਉਹਨਾਂ ਨੂੰ ਕਿੰਨੇ ਪ੍ਰਕਾਰ ਦੀ ਨਾਗਰਿਕਤਾ ਦਿੱਤੀ ਗਈ ਆ? ਉਹਨਾਂ ਨੂੰ ਅਕਹਿਰੀ ਨਾਗਰਿਕਤਾ ਹੀ ਦਿੱਤੀ ਗਈ ਆ। ਮਤਲਬ ਜਿਵੇਂ ਹੁਣ ਸਾਡਾ ਸਾਰਿਆਂ ਦਾ ਆਧਾਰ ਕਾਰਡ ਆ, ਆਪਣਾ ਇੱਕ ਆਧਾਰ ਕਾਰਡ ਬਣਦਾ, ਇੱਕ ਵਿਅਕਤੀ ਦਾ ਇੱਕ ਆਧਾਰ ਕਾਰਡ ਜਿਹਦੇ ਵਿੱਚ ਲਿਖਿਆ ਹੁੰਦਾ ਕਿ ਅਸੀਂ ਜਿਹੜੀ ਸਾਡੀ ਕੰਟਰੀ ਆ ਅਸੀਂ ਇੰਡੀਆ ਦੇ ਹਾਂ। ਮਤਲਬ ਜਿੱਥੇ ਵੀ ਅਸੀਂ ਹੋਰ ਕੰਟਰੀ 'ਚ ਜਾਈਏ ਅਸੀਂ ਉਹਨਾਂ ਨੂੰ ਬੋਲਦੇ ਹਾਂ ਕਿ ਅਸੀਂ ਇੰਡੀਅਨ ਹਾਂ, ਠੀਕ ਹੈ। ਉਸ ਤੋਂ ਬਾਅਦ ਕੀ ਆ ਜਿਹੜੀ ਦੋਹਰੀ ਨਾਗਰਿਕਤਾ, ਇਹ ਕੈਨੇਡਾ ਦੇ ਵਿੱਚ ਆ, ਕੈਨੇਡਾ ਸੋਰੀ ਅਮੈਰੀਕਾ ਦੇ ਵਿੱਚ ਆ, ਕੈਨੇਡਾ 'ਚ ਅਕਹਿਰੀ ਨਾਗਰਿਕਤਾ ਹੀ ਆ, ਦੋਹਰੀ ਨਾਗਰਿਕਤਾ ਅਮੈਰੀਕਾ ਦੇ ਵਿੱਚ ਆ, ਠੀਕ ਹੈ। ਦੋਹਰੀ ਨਾਗਰਿਕਤਾ ਦੇ ਵਿੱਚ ਕੀ ਆ, ਜਿਵੇਂ ਅਮੈਰੀਕਾ ਦੇ ਵਿੱਚ 50 ਰਾਜ ਆ, 50 ਰਾਜਾਂ ਦੇ ਵਿੱਚ ਕੀ ਆ, ਹਰੇਕ ਰਾਜ ਦਾ ਆਪਦਾ ਆਧਾਰ ਕਾਰਡ ਆ। ਉਸ ਤੋਂ ਬਾਅਦ ਇੱਕ ਅਲੱਗ ਆਧਾਰ ਕਾਰਡ ਬਣਿਆ, ਹਰੇਕ ਰਾਜ ਦੀ ਇੱਕ ਆਪਣੀ ਆਈਡੈਂਟੀ ਆ। ਜੇ ਕੋਈ ਬੰਦਾ ਉਸ ਰਾਜ ਦੇ ਵਿੱਚ ਰਹਿ ਰਿਹਾ, ਜਿਵੇਂ ਅਸੀਂ ਪੰਜਾਬ ਵਿੱਚ ਰਹਿ ਰਹੇ ਹਾਂ, ਤਾਂ ਪੰਜਾਬ ਰਾਜ ਦੀ ਅਲੱਗ ਆਈਡੈਂਟੀ ਆ। ਉਸ ਤੋਂ ਬਾਅਦ ਭਾਰਤ ਦੀ ਆ ਜਿਹੜੀ, ਹਰੇਕ ਵਿਅਕਤੀ ਦੀ ਅਲੱਗ, ਮਤਲਬ ਹਰੇਕ ਵਿਅਕਤੀ ਦੇ ਦੋ ਆਧਾਰ ਕਾਰਡ ਆ। ਕਹਿਣ ਦਾ ਮੀਨਿੰਗ ਇਹ ਆ, ਸੌਖੇ ਤਰੀਕੇ ਨਾਲ ਸਮਝ ਆਜੂਗਾ, ਕਿ ਇੱਕ ਤਾਂ ਉਹ ਬੋਲਦੇ ਆ ਕਿ ਅਸੀਂ ਕੈਲੀਫੋਰਨੀਆ ਤੋਂ ਹਾਂ ਜਾਂ ਅਸੀਂ ਮੈਰੀਲੈਂਡ ਤੋਂ ਹਾਂ, ਦੂਸਰੇ 'ਤੇ ਉਹ ਬੋਲਦੇ ਆ ਕਿ ਅਸੀਂ ਅਮੈਰੀਕਨ ਹਾਂ, ਠੀਕ ਹੈ। ਇੱਦਾਂ ਮਤਲਬ ਉਹਨਾਂ ਨੂੰ ਰਾਜ ਦੀ ਨਾਗਰਿਕਤਾ ਵੀ ਮਿਲਦੀ ਆ ਅਤੇ ਦੇਸ਼ ਦੀ ਨਾਗਰਿਕਤਾ ਵੀ ਮਿਲਦੀ ਹੈ। ਇਹ ਤਾਂ ਇਸ ਕਰਕੇ ਦੋਹਰੀ ਨਾਗਰਿਕਤਾ ਬੋਲ ਦਿੱਤਾ ਜਾਂਦਾ। ਨੈਕਸਟ ਹੈ, ਭਾਰਤ ਦੀ ਨਾਗਰਿਕਤਾ ਕਿੰਨੇ ਤਰ੍ਹਾਂ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ? ਮੈਂ ਹੁਣ ਤੁਹਾਨੂੰ ਦੱਸਿਆ ਸੀ ਨਾ, ਨਾਗਰਿਕਤਾ ਅਧੀਨਿਜ਼ਮ 1955, ਨਾਗਰਿਕਤਾ ਅਧੀਨਿਜ਼ਮ 1955 ਦੇ ਤਹਿਤ ਭਾਰਤ ਦੀ ਨਾਗਰਿਕਤਾ 5 ਤਰ੍ਹਾਂ ਨਾਲ ਪ੍ਰਾਪਤ ਕੀਤੀ ਜਾ ਸਕਦੀ ਆ। ਆਪਸ਼ਨ ਡੀ ਇਜ਼ ਦਾ ਰਾਈਟ ਆਂਸਰ। ਕਿਹੜੇ ਕਿਹੜੇ ਉਹ 5 ਤਰੀਕੇ ਆ, ਬਹੁਤ ਇੰਪੋਰਟੈਂਟ ਆ ਤੁਹਾਡੇ ਲਈ। ਇੱਕ ਹੈਗੀ ਜਨਮ ਦੁਆਰਾ, ਅੱਗੇ ਹੈਗਾ ਵੰਸ਼ ਦੁਆਰਾ, ਅੱਗੇ ਹੈਗੀ ਰਜਿਸਟਰੇਸ਼ਨ ਦੁਆਰਾ, ਫਿਰ ਨੈਚੁਰਲਾਈਜੇਸ਼ਨ ਦੁਆਰਾ, ਫਿਰ ਖੇਤਰ ਨੂੰ ਸ਼ਾਮਿਲ ਕਰਕੇ। ਖੇਤਰ ਨੂੰ ਦੇਖੋ, ਜਨਮ ਦੇ ਆਧਾਰ 'ਤੇ ਤਾਂ ਤੁਹਾਨੂੰ ਪਤਾ ਹੀ ਆ ਕਿ ਜੇਕਰ ਸਾਡਾ ਜਨਮ ਭਾਰਤ ਦੇ ਵਿੱਚ ਹੋਇਆ ਵਾ ਤਾਂ ਸਾਨੂੰ ਇਸ ਆਧਾਰ 'ਤੇ ਨਾਗਰਿਕਤਾ ਮਿਲ ਸਕਦੀ ਆ। ਵੰਸ਼ ਦੇ ਆਧਾਰ 'ਤੇ ਨਾਗਰਿਕਤਾ, ਠੀਕ ਹੈ, ਵੰਸ਼ ਦੇ ਆਧਾਰ 'ਤੇ ਨਾਗਰਿਕਤਾ ਮਿਲ ਸਕਦੀ ਹੈ। ਮਤਲਬ ਮਾਤਾ ਪਿਤਾ ਸਾਡੇ ਭਾਰਤ 'ਤੇ ਆ ਅਤੇ ਇਸ ਕਰਕੇ ਸਾਨੂੰ ਨਾਗਰਿਕਤਾ ਮਿਲ ਰਹੀ ਆ। ਰਜਿਸਟਰੇਸ਼ਨ ਦੇ ਆਧਾਰ 'ਤੇ ਨਾਗਰਿਕਤਾ ਵਾ, ਰਜਿਸਟਰੇਸ਼ਨ। ਹੁਣ ਮੈਂ ਇਹ ਤੁਹਾਨੂੰ ਪਾਠ ਚੰਗੀ ਤਰ੍ਹਾਂ ਕਰਵਾਏ ਹੋਏ ਆ, ਤੁਸੀਂ ਆਪਣੀ ਕਲਾਸ ਵੀ ਲਗਾ ਸਕਦੇ ਹੋ, ਥਿਊਰੀ ਕਲਾਸ। ਅਤੇ ਰਜਿਸਟਰੇਸ਼ਨ ਦਾ ਮਤਲਬ ਕੀ ਆ, ਮੰਨ ਲਓ ਤੁਸੀਂ ਕਿਸੇ ਹੋਰ ਦੇਸ਼ ਤੋਂ ਭਾਰਤ ਵਿੱਚ ਨੌਕਰੀ ਕਰਨ ਆਏ ਆ, ਤੁਹਾਨੂੰ ਭਾਰਤ ਵਧੀਆ ਲੱਗਿਆ, ਤੁਸੀਂ ਇੱਥੇ ਹੀ ਰੁਕਣਾ ਚਾਹੁੰਦੇ ਆ, ਤਾਂ ਤੁਸੀਂ ਫਾਰਮ ਭਰ ਸਕਦੇ ਹਾਂ। ਜੇਕਰ ਤੁਸੀਂ 7 ਸਾਲ ਇੱਥੇ ਰੁਕਦੇ ਆ ਤਾਂ ਤੁਸੀਂ ਫਾਰਮ ਜਿਹੜਾ ਭਰਿਆ ਹੋਇਆ ਵਾ ਉਹ ਤੁਹਾਡਾ ਮਤਲਬ ਕਿ 7 ਸਾਲ ਇੱਥੇ ਰਹਿ ਕੇ ਭਾਰਤ ਦੀ ਨਾਗਰਿਕਤਾ ਲੈ ਸਕਦੇ ਹੋ ਬਾਏ ਰਜਿਸਟਰੇਸ਼ਨ, ਯਾਨੀ ਕਿ ਰਜਿਸਟਰੇਸ਼ਨ ਕਰਕੇ। ਉਸ ਤੋਂ ਬਾਅਦ ਹੈਗਾ ਜੀ ਨੈਚੁਰਲਾਈਜੇਸ਼ਨ। ਇਹਦੇ ਵਿੱਚ ਕੀ ਹੈ ਕਿ ਵਿਆਹ ਦੇ ਆਧਾਰ 'ਤੇ ਨਾਗਰਿਕਤਾ ਮਿਲ ਸਕਦੀ ਹੈ। ਮੰਨ ਕੇ ਚੱਲੋ ਅਸੀਂ ਕਿਸੇ ਹੋਰ ਕੰਟਰੀ 'ਚੋਂ ਇੱਧਰ ਆਏ ਹਾਂ ਅਤੇ ਅਸੀਂ ਕਿਸੇ ਭਾਰਤੀ ਨਾਲ ਵਿਆਹ ਕਰਵਾ ਲੈਂਦੇ ਹਾਂ ਤਾਂ ਉਹ ਵਿਅਕਤੀ ਵੀ ਭਾਰਤ ਦਾ ਨਾਗਰਿਕ ਹੋ ਜਾਵੇਗਾ, ਠੀਕ ਹੈ। ਅਤੇ ਇਹਦੇ ਵਿੱਚ ਹੋਰ ਵੀ ਹੈਗੇ ਆ, ਪਰ ਮੇਨ ਮਤਲਬ ਕਿ ਪੇਪਰ ਦੇ ਵਿੱਚ ਇਹ ਜ਼ਿਆਦਾ ਹੁੰਦਾ ਵਾ ਕਿ ਕਿਹਦੇ ਆਧਾਰ 'ਤੇ, ਵਿਆਹ ਦੇ ਆਧਾਰ 'ਤੇ। ਫਿਰ ਖੇਤਰ ਨੂੰ ਸ਼ਾਮਿਲ ਕਰਕੇ, ਹੁਣ ਮੰਨ ਕੇ ਚੱਲੋ ਸਿੱਕਿਮ ਪਹਿਲਾਂ ਕੀ ਸੀ, ਇੱਕ ਦੇਸ਼ ਸੀਗਾ। ਇਹਦੇ ਬਾਰੇ ਮੈਂ ਤੁਹਾਨੂੰ ਪਿਛਲੇ ਪਾਰਟ ਦੇ ਵਿੱਚ ਵੀ ਦੱਸਿਆ, ਜਿਹੜਾ ਪਾਰਟ 1 ਕੀਤਾ। ਸਿੱਕਿਮ ਪਹਿਲਾਂ ਇੱਕ ਦੇਸ਼ ਸੀਗਾ, ਇੱਥੇ ਅਜੇ ਤਿੱਬਤ, ਠੀਕ ਹੈ, ਇੱਥੇ ਆ ਚੀਨ। ਇੱਕ ਸਟਰਕਚਰ ਬਣਾ ਕੇ ਦੱਸਦੀ ਹਾਂ, ਇੱਥੇ ਅੱਗੇ ਸਿੱਕਿਮ, ਸਿੱਕਿਮ ਤੋਂ ਅੱਗੇ ਆ ਜੀ ਭਾਰਤ, ਯਾਨੀ ਕਿ ਇੰਡੀਆ, ਠੀਕ ਹੈ। ਅਤੇ ਜਦੋਂ ਤਿੱਬਤ ਨੇ ਚੀਨ 'ਤੇ ਹਮਲਾ ਕੀਤਾ ਤਾਂ ਸਿੱਕਿਮ ਨੂੰ ਡਰ ਪੈ ਗਿਆ ਕਿ ਸਾਡੇ 'ਤੇ ਵੀ ਨਾ ਹਮਲਾ ਕਰ ਦੇਵੇ। ਇਸ ਕਰਕੇ ਸਿੱਕਿਮ ਨੇ ਭਾਰਤ ਨੂੰ ਕਿਹਾ, ਰਿਕੁਐਸਟ ਕੀਤੀ ਕਿ ਸਾਨੂੰ ਆਪਣਾ ਸਹਿ ਰਾਜ ਬਣਾ ਲਓ, ਕੁਝ ਸਮੇਂ ਲਈ ਸਾਨੂੰ ਆਪਣੇ ਵਿੱਚ ਸ਼ਾਮਿਲ ਕਰ ਲਓ, ਬਾਅਦ ਵਿੱਚ ਅਸੀਂ ਅਲੱਗ ਹੋ ਜਾਵਾਂਗੇ ਜਦੋਂ ਮਾਹੌਲ ਸ਼ਾਂਤ ਹੋ ਗਿਆ। ਪਰ ਬਾਅਦ ਵਿੱਚ ਕੀ ਹੋਇਆ,
ਕਿ ਸਿੱਕਿਮ ਨੂੰ ਸਾਡਾ ਹੀ ਦੇਸ਼ ਵਧੀਆ ਲੱਗਿਆ, ਸਿੱਕਿਮ ਨੇ ਕਿਹਾ ਕਿ ਨਹੀਂ ਮੈਂ ਪੂਰਨ ਰਾਜ ਬਣਨਾ ਚਾਹੁੰਦਾ ਵਾਂ, ਤਾਂ ਸਿੱਕਿਮ ਸਾਡਾ ਪੂਰਨ ਰਾਜ ਬਣ ਗਿਆ ਅਤੇ ਸਿੱਕਿਮ ਦੇ ਵਿੱਚ ਜਿਹੜੇ ਲੋਕ ਰਹਿੰਦੇ ਸੀਗੇ ਤਾਂ ਉਹਨਾਂ ਨੂੰ ਵੀ ਭਾਰਤ ਦੀ ਨਾਗਰਿਕਤਾ ਦਿੱਤੀ ਗਈ। ਮਤਲਬ ਜਿਹੜਾ ਕੋਈ ਵੀ ਖੇਤਰ ਭਾਰਤ ਦੇ ਹਿੱਸੇ ਆਉਂਦਾ, ਭਾਰਤ ਨੂੰ ਬਾਅਦ ਵਿੱਚ ਸ਼ਾਮਿਲ ਕਰਦਾ, ਤਾਂ ਉੱਥੇ ਜਿਹੜੇ ਲੋਕ ਰਹਿਣਗੇ ਉਹ ਵੀ ਭਾਰਤ ਦੇ ਨਾਗਰਿਕ ਕਹਿਲਾਉਣਗੇ, ਉਹਨਾਂ ਨੂੰ ਸਿੱਧੇ ਤੌਰ 'ਤੇ ਭਾਰਤ ਦੀ ਨਾਗਰਿਕਤਾ ਮਿਲੂਗੀ। ਠੀਕ ਹੈ, 16 ਮਈ 1975 ਦੇ ਵਿੱਚ ਭਾਰਤ ਦਾ ਹਿੱਸਾ ਸਿੱਕਿਮ ਬਣਿਆ ਸੀ, ਤਾਂ ਉੱਥੋਂ ਦੇ ਲੋਕਾਂ ਨੂੰ ਵੀ ਨਾਗਰਿਕਤਾ ਮਿਲੀ ਆ, ਉਹ ਦੇਣੀ ਹੀ ਪਵੇਗੀ, ਪਤਾ ਹੀ ਹੈ ਸਾਨੂੰ ਵੀ ਦੇਣੀ ਪਵੇਗੀ। ਨੈਕਸਟ ਹੈ, ਭਾਰਤ ਵਿੱਚ ਅਕਹਿਰੀ ਨਾਗਰਿਕਤਾ ਦਾ ਸਿਧਾਂਤ ਕਿਹੜੇ ਦੇਸ਼ ਤੋਂ ਲਿਆ ਗਿਆ? ਭਾਰਤ ਵਿੱਚ ਅਕਹਿਰੀ ਨਾਗਰਿਕਤਾ ਕਿਹੜੇ ਦੇਸ਼ ਦੇ ਵਿੱਚ ਆ? ਬ੍ਰਿਟੇਨ ਦੇ ਵਿੱਚ ਵੀ ਆ, ਕੈਨੇਡਾ ਦੇ ਵਿੱਚ ਵੀ ਆ, ਅਮੈਰੀਕਾ ਅਤੇ ਸਵਿਟਜ਼ਰਲੈਂਡ ਦੇ ਵਿੱਚ ਦੋਹਰੀ ਨਾਗਰਿਕਤਾ, ਇਸ ਕਰਕੇ ਏ ਅਤੇ ਡੀ ਤਾਂ ਆਪਸ਼ਨ ਘੱਟ ਹੋ ਗਈਆਂ। ਅਤੇ ਅਕਹਿਰੀ ਨਾਗਰਿਕਤਾ ਦਾ ਸਿਧਾਂਤ ਜਿਹੜਾ ਅਸੀਂ ਆਪਦੇ ਭਾਰਤੀ ਸੰਵਿਧਾਨ ਦੇ ਵਿੱਚ ਲਿਆ, ਉਹ ਅਸੀਂ ਬ੍ਰਿਟੇਨ ਤੋਂ ਲਿਆ ਵਾ। ਠੀਕ ਹੈ, ਬ੍ਰਿਟੇਨ ਆ ਜੇ, ਯੂਕੇ ਆ ਜੇ, ਇੰਗਲੈਂਡ ਆ ਜੇ, ਇਹਨਾਂ ਤਿੰਨਾਂ 'ਚੋਂ ਆਪਸ਼ਨ ਦੇ ਵਿੱਚ ਕੋਈ ਵੀ ਪਿਆ ਹੋਵੇ ਤਾਂ ਤੁਸੀਂ ਇਹ ਲਗਾ ਸਕਦੇ ਹੋ, ਕਿਉਂਕਿ ਬ੍ਰਿਟੇਨ, ਯੂਕੇ, ਇੰਗਲੈਂਡ ਸੇਮ ਆ। ਨੈਕਸਟ ਹੈ, ਭਾਰਤੀ ਨਾਗਰਿਕਤਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਹਾਂਜੀ, ਭਾਰਤੀ ਨਾਗਰਿਕਤਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਕਿਵੇਂ ਨਹੀਂ ਪ੍ਰਾਪਤ ਕੀਤੀ ਜਾ ਸਕਦੀ ਭਾਰਤੀ ਨਾਗਰਿਕਤਾ? ਜਨਮ ਦੁਆਰਾ ਤਾਂ ਕੀਤੀ ਜਾ ਸਕਦੀ ਹੈ, ਮੈਂ ਤੁਹਾਨੂੰ 5 ਤਰੀਕੇ ਦੱਸੇ ਆ, ਨੈਚੁਰਲਾਈਜੇਸ਼ਨ ਦੁਆਰਾ ਵੀ ਕੀਤੀ ਜਾ ਸਕਦੀ ਹੈ, ਖੇਤਰ ਨੂੰ ਸ਼ਾਮਿਲ ਕਰਕੇ ਵੀ, ਪਰ ਭਾਰਤੀ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਾ ਕੇ ਭਾਰਤ ਦੀ ਨਾਗਰਿਕਤਾ ਨਹੀਂ ਮਿਲ ਸਕਦੀ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਨੈਚੁਰਲਾਈਜੇਸ਼ਨ ਦੁਆਰਾ ਨਾਗਰਿਕਤਾ ਪ੍ਰਾਪਤ ਕਰਨ ਦਾ ਇੱਕ ਤਰੀਕਾ ਹੈ। ਹਾਂਜੀ, ਐਜ਼ ਅ ਟੈਸਟ ਕਮੈਂਟ ਬਾਕਸ ਦੇ ਵਿੱਚ ਆਨਸਰ ਦਿਓ, ਮੈਂ ਬਹੁਤ ਚੰਗੀ ਤਰ੍ਹਾਂ ਦੱਸਿਆ ਤੁਹਾਨੂੰ। ਤਾਂ ਨੈਚੁਰਲਾਈਜੇਸ਼ਨ ਦੁਆਰਾ ਨਾਗਰਿਕਤਾ ਪ੍ਰਾਪਤ ਕਰਨ ਦਾ ਇੱਕ ਤਰੀਕਾ ਵਾ ਜੀ, ਕਿਸੇ ਵਿਦੇਸ਼ੀ ਆਦਮੀ ਨਾਲ ਵਿਆਹ ਕਰਨ 'ਤੇ ਨਾਗਰਿਕਤਾ ਮਿਲ ਸਕਦੀ ਆ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਹੇਠਾਂ ਦਿੱਤੇ ਲੇਖਾਂ ਵਿੱਚੋਂ, ਜਾਣੀ ਕਿ ਹੇਠਾਂ ਦਿੱਤੇ ਆਰਟੀਕਲ ਵਿੱਚੋਂ ਪਾਕਿਸਤਾਨ ਤੋਂ ਆ ਕੇ ਭਾਰਤ ਵਿੱਚ ਨਾਗਰਿਕਤਾ ਪ੍ਰਾਪਤ ਕਰਨ ਨਾਲ ਸੰਬੰਧਿਤ ਵਿਵਸਥਾ ਦਾ ਵਰਣਨ ਕਿੱਥੇ ਕੀਤਾ ਗਿਆ ਹੈ? ਹਾਂਜੀ, ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਕਿ ਪਾਕਿਸਤਾਨ ਤੋਂ ਭਾਰਤ ਵਿੱਚ ਆਏ ਨਾਗਰਿਕਾਂ ਦੀ ਨਾਗਰਿਕਤਾ ਕਿਵੇਂ ਮਿਲ ਸਕਦੀ ਹੈ ਉਹਨਾਂ ਨੂੰ। ਪਾਕਿਸਤਾਨ ਤੋਂ ਭਾਰਤ ਆ ਕੇ ਭਾਰਤ ਵਿੱਚ ਨਾਗਰਿਕਤਾ ਪ੍ਰਾਪਤ ਕਰਨ ਦਾ ਤਰੀਕਾ ਆਰਟੀਕਲ 6 ਦੇ ਵਿੱਚ ਮੈਂ ਤੁਹਾਨੂੰ ਦੱਸਿਆ, ਤਾਂ ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਹੁਣ ਤੱਕ ਤੁਹਾਨੂੰ ਬਹੁਤ ਕੁਛ ਪਤਾ ਲੱਗ ਚੁੱਕਿਆ, ਇਸ ਕਰਕੇ ਹਰੇਕ MCQ ਨੂੰ ਅਟੈਂਪਟ ਕਰਨ ਦੇ ਲਈ ਮੈਂ ਤੁਹਾਨੂੰ 3 ਸੈਕਿੰਡ ਦਾ ਸਮਾਂ ਦੇਵਾਂਗੀ। ਨੈਕਸਟ ਹੈ, ਭਾਰਤ ਦੀ ਨਾਗਰਿਕਤਾ ਕਿਹੜੇ ਕਾਰਨ ਕਰਕੇ ਰੱਦ ਹੋ ਸਕਦੀ ਹੈ? ਦੇਖੋ, ਭਾਰਤ ਦੀ ਨਾਗਰਿਕਤਾ 3 ਤਰ੍ਹਾਂ ਨਾਲ ਰੱਦ ਹੋ ਸਕਦੀ ਹੈ। ਇੱਕ, ਤਿਆਗ ਪੱਤਰ ਨਾਲ, ਕਿ ਜੇਕਰ ਅਸੀਂ ਆਪਣੇ ਆਪ ਹੀ ਤਿਆਗ ਦਿੰਦੇ ਹਾਂ, ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਲੈ ਲੈਂਦੇ ਹਾਂ। ਇੱਕ, ਬਰਖਾਸ਼ਤ ਕਰਕੇ, ਮਤਲਬ ਜੇਕਰ ਅਸੀਂ ਅੱਤਵਾਦ ਨੂੰ ਸਪੋਰਟ ਕਰਦੇ ਹਾਂ ਤਾਂ ਸਾਡੇ 'ਤੇ ਦੇਸ਼ ਧਰੋਹ ਦਾ ਅਪਰਾਧ ਲਗਾ ਕੇ ਸਾਨੂੰ ਭਾਰਤ ਦੀ ਨਾਗਰਿਕਤਾ ਜਿਹੜੀ ਖਤਮ ਕਰ ਦਿੱਤੀ ਜਾਵੇਗੀ। ਦੂਸਰਾ, ਕਿ ਜੇਕਰ ਅਸੀਂ ਗਲਤ ਤਰੀਕੇ ਨਾਲ ਭਾਰਤ ਦੀ ਨਾਗਰਿਕਤਾ ਲੈਂਦੇ ਹਾਂ, ਫਿਰ ਵੀ ਸਾਨੂੰ ਵੰਚਿਤ ਕਰ ਦਿੱਤਾ ਜਾਵੇਗਾ। ਤਾਂ ਇੱਥੇ ਰਾਈਟ ਆਨਸਰ ਹੈ ਜੀ, ਦੇਸ਼ ਧਰੋਹ ਦੇ ਅਪਰਾਧ ਲਈ ਦੋਸ਼ੀ ਠਹਿਰਾਏ ਜਾਣ 'ਤੇ ਭਾਰਤ ਦੀ ਨਾਗਰਿਕਤਾ ਰੱਦ ਹੋ ਜਾਵੇਗੀ। ਨੈਕਸਟ ਹੈ ਜੀ, ਕੋਈ ਵਿਅਕਤੀ ਨਾਗਰਿਕਤਾ ਦੇ ਅਧਿਕਾਰਾਂ ਨੂੰ ਕਿਵੇਂ ਗਵਾ ਸਕਦਾ ਹੈ? ਹਾਂਜੀ, ਕੋਈ ਵਿਅਕਤੀ ਨਾਗਰਿਕਤਾ ਦੇ ਅਧਿਕਾਰਾਂ ਨੂੰ ਕਿਵੇਂ ਗਵਾ ਸਕਦਾ ਵਾ? ਇੱਕ ਵਿਅਕਤੀ ਜਦੋਂ ਕਿਸੇ ਹੋਰ ਰਾਜ ਦੀ ਨਾਗਰਿਕਤਾ ਲੈ ਲੈਂਦਾ ਜਾਂ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਲੈ ਲੈਂਦਾ, ਤਾਂ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਭਾਰਤੀ ਨਾਗਰਿਕਤਾ ਪ੍ਰਾਪਤ ਕਰਨ ਲਈ ਹੇਠਾਂ ਲਿਖਿਆਂ ਵਿੱਚੋਂ ਕਿਹੜੀ ਸ਼ਰਤ ਨਹੀਂ ਹੈ? ਹਾਂਜੀ, ਮੈਂ ਤੁਹਾਨੂੰ ਦੱਸ ਦਿੱਤਾ ਹੈ ਕਿ ਭਾਰਤੀ ਨਾਗਰਿਕਤਾ ਪ੍ਰਾਪਤ ਕਰਨ ਲਈ ਹੇਠਾਂ ਲਿਖਿਆਂ ਵਿੱਚੋਂ ਕਿਹੜੀ ਸ਼ਰਤ ਨਹੀਂ ਹੈ। ਤਾਂ ਜਾਇਦਾਦ ਦੀ ਮਾਲਕੀਅਤ, ਜ਼ਮੀਨ ਦੇ ਆਧਾਰ 'ਤੇ ਨਾਗਰਿਕਤਾ ਮਿਲੂਗੀ, ਪਰ ਕਿਹੜੀ ਜ਼ਮੀਨ ਦੇ ਆਧਾਰ 'ਤੇ? ਜਿਹੜਾ ਹਿੱਸਾ ਭਾਰਤ ਨੂੰ ਮਿਲ ਰਿਹਾ ਵਾ, ਠੀਕ ਹੈ, ਭਾਰਤ ਦੇ ਖੇਤਰ ਦੇ ਵਿੱਚ ਐਡ ਹੋ ਰਿਹਾ ਵਾ, ਉਸ ਹਿੱਸੇ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ ਉਹਨਾਂ ਨੂੰ ਨਾਗਰਿਕਤਾ ਮਿਲੂਗੀ, ਪਰ ਜਿਹੜੀ ਸੰਪੱਤੀ ਦੇ ਅਸੀਂ ਮਾਲਕ ਹਾਂ
ਉਸ ਦੇ ਆਧਾਰ 'ਤੇ ਸਾਨੂੰ ਕਦੇ ਵੀ ਨਾਗਰਿਕਤਾ ਨਹੀਂ ਮਿਲ ਸਕਦੀ। ਤਾਂ ਆਪਸ਼ਨ ਡੀ ਇੱਥੇ ਰਾਈਟ ਆਂਸਰ ਹੈ। ਪੇਪਰ ਦੇ ਵਿੱਚ ਆਇਆ ਹੋਇਆ ਸਟੂਡੈਂਟ ਪਜ਼ਲ ਹੋ ਰਹੇ ਸੀ, ਇਸ ਕਰਕੇ ਮੈਂ ਤੁਹਾਨੂੰ ਇਸ ਕਲਾਸ ਦੇ ਵਿੱਚ ਐਡ ਕੀਤਾ ਵਾ ਤਾਂ ਜੋ ਤੁਹਾਨੂੰ ਦੱਸ ਸਕਾਂ। ਵੰਸ਼ ਨਿਵਾਸ ਦੇ ਆਧਾਰ 'ਤੇ ਤਾਂ ਮਿਲੂਗੀ, ਜੇਕਰ ਜਿਵੇਂ ਸਿੱਕਮ ਭਾਰਤ 'ਚ ਐਡ ਹੋਇਆ ਵੰਸ਼ ਦੇ ਆਧਾਰ 'ਤੇ ਵੀ ਮਿਲਣੀ ਹੈ, ਰਜਿਸਟ੍ਰੇਸ਼ਨ ਦੇ ਆਧਾਰ 'ਤੇ ਵੀ ਮਿਲਣੀ ਆ, ਪਰ ਜਾਇਦਾਦ ਦੀ ਮਾਲਕੀਅਤ ਦੇ ਆਧਾਰ 'ਤੇ ਨਹੀਂ ਮਿਲ ਸਕਦੀ। ਠੀਕ ਹੈ, ਨੈਕਸਟ ਹੈ, ਹੇਠਾਂ ਲਿਖੇ ਤਰੀਕਿਆਂ ਵਿੱਚੋਂ ਕਿਸ ਤਰੀਕੇ ਨਾਲ ਭਾਰਤੀ ਨਾਗਰਿਕਤਾ ਪ੍ਰਾਪਤ ਕੀਤੀ ਜਾ ਸਕਦੀ ਹੈ? ਜਨਮ ਦੇ ਆਧਾਰ 'ਤੇ, ਵੰਸ਼ ਦੇ ਆਧਾਰ 'ਤੇ, ਨੈਚੁਰਲਾਈਜੇਸ਼ਨ ਦੇ ਆਧਾਰ 'ਤੇ? ਤਾਂ ਆਪਸ਼ਨ ਡੀ ਇੱਥੇ ਰਾਈਟ ਆਂਸਰ ਹੈ, ਉਪਰੋਕਤ ਸਾਰੇ ਹੀ। ਨੈਕਸਟ ਹੈ ਜੀ, ਕਿਸੇ ਵਿਅਕਤੀ ਦੀ ਭਾਰਤੀ ਨਾਗਰਿਕਤਾ ਮੁਅੱਤਲ ਕੀਤੀ ਜਾ ਸਕਦੀ ਹੈ? ਹਾਂਜੀ, ਕਿਸੇ ਵਿਅਕਤੀ ਦੀ ਭਾਰਤੀ ਨਾਗਰਿਕਤਾ ਮੁਅੱਤਲ ਕੀਤੀ ਜਾ ਸਕਦੀ ਹੈ, ਦੇਖ ਲੈਂਦੇ ਹਾਂ। ਜੇਕਰ ਕੋਈ ਵਿਅਕਤੀ ਆਪਣੀ ਮਰਜ਼ੀ ਨਾਲ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਹਾਸਲ ਕਰਦਾ, ਹਾਂਜੀ, ਫਿਰ ਵੀ ਕਿਸੇ ਵਿਅਕਤੀ ਦੀ ਨਾਗਰਿਕਤਾ ਰੱਦ ਹੋ ਜਾਵੇਗੀ। ਠੀਕ ਹੈ, ਅਤੇ ਜੇਕਰ ਉਹ ਨਾਗਰਿਕਤਾ ਦੀਆਂ ਜ਼ਿੰਮੇਵਾਰੀਆਂ ਤੋਂ ਜਾਣੂ ਨਹੀਂ ਹੈ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਸਾਨੂੰ ਤਾਂ 10th ਤੱਕ ਮਤਲਬ ਕਿ ਗ੍ਰੈਜੂਏਸ਼ਨ ਵੀ ਕਰ ਲਈ ਸੀ, ਕਿਉਂਕਿ ਮੇਰੀ ਜਿਹੜੀ ਗ੍ਰੈਜੂਏਸ਼ਨ ਆ ਹੋਰ ਫੀਲਡ ਦੇ ਵਿੱਚ ਸੀਗੀ, ਤਾਂ ਇਸ ਕਰਕੇ ਪੋਲੀਟੀਕਲ ਨਾਲ ਕੋਈ ਰਿਸ਼ਤਾ ਨਹੀਂ ਸੀਗਾ, ਅਤੇ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਉਦੋਂ ਤੱਕ ਵੀ ਕਿ ਨਾਗਰਿਕਤਾ ਮਤਲਬ ਜਾਣੀ ਨਾਗਰਿਕਤਾ ਦੇ ਕੀ ਉਪਬੰਧ ਆ ਜਾਂ ਭਾਰਤੀ ਸੰਵਿਧਾਨ ਕੀ ਆ, ਉਸ ਟਾਈਮ ਨਹੀਂ ਪਤਾ ਸੀ, ਗ੍ਰੈਜੂਏਸ਼ਨ ਤੱਕ ਵੀ ਨਹੀਂ ਪਤਾ ਸੀ। ਠੀਕ ਹੈ, ਉਸ ਤੋਂ ਬਾਅਦ MSc ਮੈਥ ਕੀਤੀ ਆ, ਉਸ ਤੋਂ ਬਾਅਦ ਵੀ ਨਹੀਂ ਪਤਾ ਸੀ, ਕਿਉਂਕਿ ਮੈਥ ਹੀ ਪੜ੍ਹਿਆ ਵਾ ਅਤੇ ਹੋਰ ਸਬਜੈਕਟਾਂ ਬਾਰੇ ਇੰਨੀ ਨੌਲੇਜ ਨਹੀਂ ਸੀ। ਬਾਅਦ ਵਿੱਚ ਜਦੋਂ ਆਪ ਤਿਆਰੀ ਕੀਤੀ ਆ, ਫਿਰ ਬਹੁਤ ਕੁਛ ਪਤਾ ਲੱਗਿਆ, ਫਿਰ ਇੱਦਾਂ ਲੱਗਿਆ ਕਿ ਇਸ ਤੋਂ ਈਜ਼ੀ ਤਾਂ ਕੋਈ ਚੀਜ਼ ਹੈ ਹੀ ਨਹੀਂ ਸੀ। ਠੀਕ ਹੈ, ਅਤੇ ਇਸ ਕਰਕੇ ਜੇਕਰ ਉਹ ਨਾਗਰਿਕਤਾ ਦੀਆਂ ਜ਼ਿੰਮੇਵਾਰੀਆਂ ਤੋਂ ਜਾਣੂ ਨਹੀਂ ਹੈ, ਮਤਲਬ ਇਹ ਕੋਈ ਮਤਲਬ ਤਰੀਕਾ ਨਹੀਂ ਗਾ, ਇਸ ਕਰਕੇ ਗਲਤ ਆ। ਜੇਕਰ ਭਾਰਤ ਸਰਕਾਰ ਦਾ ਮੰਨਣਾ ਕਿ ਨਾਗਰਿਕਤਾ ਧੋਖੇ ਨਾਲ ਪ੍ਰਾਪਤ ਕੀਤੀ ਹੈ, ਤਾਂ ਬਿਲਕੁਲ ਫਿਰ ਰੱਦ ਹੋਊਗੀ। ਹਾਂਜੀ, ਜੇਕਰ ਕੋਈ ਵਿਅਕਤੀ ਜਨਮ ਤੋਂ ਦੇਸ਼ ਦਾ ਨਾਗਰਿਕ ਹੈ ਪਰ ਕਿਸੇ ਵਿਦੇਸ਼ੀ ਦੇਸ਼ ਨਾਲ ਯੁੱਧ ਦੌਰਾਨ ਦੁਸ਼ਮਣ ਦੀ ਮਦਦ ਦੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਪਾਇਆ ਗਿਆ, ਫਿਰ ਵੀ ਨਾਗਰਿਕਤਾ ਰੱਦ ਹੋਵੇਗੀ, ਤਾਂ ਕਿਹੜੇ ਕਥਨ ਸਹੀ ਹੈ ਨਾਗਰਿਕਤਾ ਸੰਬੰਧੀ? 1, 3 ਅਤੇ 4 ਆਪਸ਼ਨ ਸੀ 'ਚ ਪਏ ਆ, ਆਪਸ਼ਨ ਸੀ ਇੱਥੇ ਰਾਈਟ ਆਂਸਰ ਹੈ। ਨੈਕਸਟ ਹੈ, ਨਾਗਰਿਕਤਾ ਸੋਧ ਐਕਟ 1992 ਦੇ ਅਨੁਸਾਰ ਇਹਨਾਂ ਵਿੱਚੋਂ ਕਿਹੜਾ ਸਹੀ ਹੈ? ਹਾਂਜੀ, ਜਿਹੜਾ 1955 ਦਾ ਅਧਿਨਿਯਮ ਸੀ ਉਹਦੇ ਵਿੱਚ ਸੋਧ ਕੀਤੀ ਗਈ 1992 ਦੇ ਵਿੱਚ। ਕਿਉਂ ਸੋਧ ਕੀਤੀ ਗਈ? ਦੇਖੋ, 1955 ਦੇ ਅਧਿਨਿਯਮ ਨਾਲ 5 ਤਰ੍ਹਾਂ ਨਾਲ ਨਾਗਰਿਕਤਾ ਮਿਲਦੀ ਸੀ। ਪਹਿਲੀ ਜਨਮ ਦੇ ਆਧਾਰ 'ਤੇ, ਦੂਜੀ ਵੰਸ਼ ਦੇ ਆਧਾਰ 'ਤੇ। ਵੰਸ਼ ਦੇ ਆਧਾਰ ਦਾ ਮਤਲਬ ਸੀਗਾ ਕਿ ਪਿਤਾ ਭਾਰਤੀ ਹੋਣਾ ਚਾਹੀਦਾ, ਤਾਂ ਉਹ ਬੱਚਾ ਜਿਹੜਾ ਉਹਦਾ ਹੋਵੇਗਾ ਉਹ ਆਟੋਮੈਟਿਕ ਹੀ ਭਾਰਤ ਦਾ ਨਾਗਰਿਕ ਹੋਊਗਾ, ਭਾਰਤ ਦੀ ਨਾਗਰਿਕਤਾ ਉਹਨੂੰ ਮਿਲੂਗੀ। ਪਰ ਬਾਅਦ ਵਿੱਚ ਇਹਦੇ 'ਤੇ ਰੌਲਾ ਪਿਆ, ਸੁਪਰੀਮ ਕੋਰਟ ਦੇ ਵਿੱਚ ਕੇਸ ਲੱਗਿਆ ਕਿ ਇੱਦਾਂ ਤਾਂ ਲੜਕੇ ਅਤੇ ਲੜਕੀ ਦੇ ਵਿੱਚ ਫਰਕ ਸਮਝਿਆ ਜਾ ਰਿਹਾ ਵਾ ਕਿ ਲਿੰਗ ਦੇ ਆਧਾਰ 'ਤੇ ਤਾਂ ਭੇਦਭਾਵ ਹੋ ਰਿਹਾ ਵਾ, ਅਤੇ ਇਸ ਕਰਕੇ ਫਿਰ 1992 ਦੇ ਵਿੱਚ ਕਹਿ ਦਿੱਤਾ ਗਿਆ ਕਿ ਭਾਰਤ ਤੋਂ ਬਾਹਰ ਪੈਦਾ ਹੋਇਆ ਬੱਚਾ ਜੇਕਰ ਉਸਦੀ ਮਾਂ ਭਾਰਤੀ ਆ ਤਾਂ ਉਹ ਵੀ ਭਾਰਤ ਦਾ ਨਾਗਰਿਕ ਹੋਵੇਗਾ, ਨਾਗਰਿਕਤਾ ਪ੍ਰਾਪਤ ਕਰੇਗਾ। ਤਾਂ ਆਪਸ਼ਨ ਨੰਬਰ ਸੀ ਇੱਥੇ ਰਾਈਟ ਆਂਸਰ ਹੈ। ਨੈਕਸਟ ਹੈ, ਕਿੰਨੇ ਸਾਲਾਂ ਤੱਕ ਲਗਾਤਾਰ ਵਿਦੇਸ਼ ਰਹਿਣ ਤੋਂ ਬਾਅਦ ਕੋਈ ਵਿਅਕਤੀ ਨਾਗਰਿਕਤਾ ਗੁਆ ਦਿੰਦਾ ਹੈ? ਹਾਂਜੀ, ਜਿਹੜਾ ਵਿਅਕਤੀ ਭਾਰਤ ਤੋਂ 7 ਸਾਲ ਬਾਹਰ ਰਹਿ ਗਿਆ, ਵਿਦੇਸ਼ ਦੇ ਵਿੱਚ ਚਲਿਆ ਗਿਆ, ਤਾਂ ਉਹ ਭਾਰਤ ਦੀ ਨਾਗਰਿਕਤਾ ਗਵਾ ਦੇਵੇਗਾ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ, ਅਜਿਹੇ ਸਾਰੇ ਵਿਅਕਤੀ ਜੋ 1961 ਨੂੰ ਜਾਂ ਉਸ ਤੋਂ ਬਾਅਦ ਭਾਰਤ ਵਿੱਚ ਪੈਦਾ ਹੋਏ, ਦੇਖੋ ਸੰਵਿਧਾਨ ਕਦੋਂ ਲਾਗੂ ਹੋਇਆ, 26 ਜਨਵਰੀ 1950 'ਚ, ਤਾਂ ਇਹ ਕਹਿ ਦਿੱਤਾ ਗਿਆ ਕਿ ਜਿਹੜੇ ਵੀ ਵਿਅਕਤੀ 26 ਜਨਵਰੀ 1950 ਤੋਂ ਬਾਅਦ ਜਾਂ 26 ਜਨਵਰੀ 1950 ਨੂੰ ਪੈਦਾ ਹੋਣਗੇ ਉਹਨਾਂ ਨੂੰ ਭਾਰਤ ਦੇ ਕੁਦਰਤੀ ਜਨਮੇ ਨਾਗਰਿਕ ਮੰਨਿਆ ਜਾਵੇਗਾ। ਤਾਂ ਆਪਸ਼ਨ ਨੰਬਰ ਕਿਹੜੀ ਰਾਈਟ ਹੈ ਇੱਥੇ? ਆਪਸ਼ਨ ਸੀ ਇੱਥੇ ਰਾਈਟ ਆਂਸਰ ਹੈ ਕਿ ਉਹ ਭਾਰਤ ਦੇ ਨਾਗਰਿਕ ਹੋਣਗੇ ਜਿਹੜੇ 26 ਜਨਵਰੀ ਜਾਂ ਉਸ ਤੋਂ ਬਾਅਦ ਪੈਦਾ ਹੋਣਗੇ। ਨੈਕਸਟ ਹੈ, ਹੇਠ ਲਿਖਿਆਂ ਵਿੱਚੋਂ ਕਿਹੜੀਆਂ ਸਥਿਤੀਆਂ ਵਿੱਚ ਕਿਸੇ ਭਾਰਤੀ ਵਿਅਕਤੀ ਦੀ ਭਾਰਤੀ ਨਾਗਰਿਕਤਾ ਨੂੰ ਖਤਮ ਕੀਤਾ ਜਾ ਸਕਦਾ ਹੈ?
ਹਾਂਜੀ, ਮੈਂ ਤੁਹਾਨੂੰ ਦੱਸਿਆ ਕਿ 3 ਤਰ੍ਹਾਂ ਨਾਲ ਭਾਰਤੀ ਨਾਗਰਿਕਤਾ ਖਤਮ ਹੋ ਸਕਦੀ ਹੈ। ਇੱਕ ਤਿਆਗ ਦੇਣ 'ਤੇ, 7 ਸਾਲ ਭਾਰਤ ਤੋਂ ਬਾਹਰ ਰਹਿਣ 'ਤੇ ਯੁੱਧ ਵਿੱਚ ਦੋਸ਼ੀ ਪਾਏ ਜਾਣ 'ਤੇ। ਆਪਸ਼ਨ ਨੰਬਰ ਡੀ ਇੱਥੇ ਰਾਈਟ ਆਂਸਰ ਹੈ, ਉਪਰੋਕਤ ਸਾਰੇ ਹੀ। ਨੈਕਸਟ ਹੈ, ਹੇਠਾਂ ਲਿਖਿਆਂ ਵਿੱਚੋਂ ਕਿਹੜੀਆਂ ਸਥਿਤੀਆਂ ਵਿੱਚ ਇੱਕ ਵਿਅਕਤੀ ਨੂੰ ਭਾਰਤੀ ਨਾਗਰਿਕਤਾ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ? ਹਾਂਜੀ, ਕਿਹੜੀਆਂ ਸਥਿਤੀਆਂ ਵਾ ਜਿਹਦੇ ਵਿੱਚ ਕੋਈ ਵੀ ਵਿਅਕਤੀ ਹੈ ਜਿਹੜਾ ਉਹਦੀ ਭਾਰਤੀ ਨਾਗਰਿਕਤਾ ਖੋਈ ਨਹੀਂ ਜਾ ਸਕਦੀ? ਚੋਣਾਂ ਦੌਰਾਨ ਖੋਈ ਜਾ ਸਕਦੀ ਹੈ? ਨਹੀਂ, ਕਦੇ ਵੀ ਨਹੀਂ। ਇੰਨੀ ਵਾਰ ਚੋਣਾਂ ਹੋਈਆਂ, ਸਾਡੀ ਨਾਗਰਿਕਤਾ ਕਿਤੇ ਖਤਮ ਹੋ ਗਈ? ਐਮਰਜੈਂਸੀ ਦੌਰਾਨ ਬਿਲਕੁਲ ਨਹੀਂ, ਯੁੱਧ ਦੌਰਾਨ ਬਿਲਕੁਲ ਨਹੀਂ। ਆਪਸ਼ਨ ਡੀ ਇਜ਼ ਦਾ ਰਾਈਟ ਆਂਸਰ। ਹਾਂ, ਯੁੱਧ ਦੌਰਾਨ ਜੇਕਰ ਅਸੀਂ ਉਸੇ ਦੇਸ਼ ਦਾ ਫੇਵਰ ਦੇ ਵਿੱਚ ਬੋਲ ਰਹੇ ਹਾਂ ਫਿਰ ਜ਼ਰੂਰ ਖੋਈ ਜਾ ਸਕਦੀ ਆ, ਪਰ ਐਜ਼ ਇੱਦਾਂ ਨਹੀਂ ਕਿ ਇੱਦਾਂ ਹੀ ਜੇ ਯੁੱਧ ਲੱਗ ਗਿਆ ਤਾਂ ਸਾਡੀ ਅਸੀਂ ਨਾਗਰਿਕਤਾ ਖਤਮ ਹੋ ਜੂਗੀ। ਠੀਕ ਹੈ, ਨੈਕਸਟ ਹੈ, ਹੇਠਾਂ ਦਿੱਤੇ ਅਨੁਛੇਦਾਂ ਵਿੱਚੋਂ ਕਿਸ ਵਿੱਚ ਪਾਕਿਸਤਾਨ ਤੋਂ ਆ ਕੇ ਭਾਰਤ ਵਿੱਚ ਨਾਗਰਿਕਤਾ ਪ੍ਰਾਪਤ ਕਰਨ ਨਾਲ ਸੰਬੰਧਿਤ ਵਿਵਸਥਾ ਦਾ ਵਰਣਨ ਕੀਤਾ ਗਿਆ? ਹਰੇਕ ਤੀਸਰੇ ਪੇਪਰ ਦੇ ਵਿੱਚ ਰਿਪੀਟ ਹੋਇਆ ਹੋਇਆ ਇਹ ਸਮ, ਤਾਂ ਦੱਸੋ ਜੀ ਆਂਸਰ ਕੀ ਹੈ ਇਹਦਾ? ਤਾਂ ਧਾਰਾ 6 ਆ, ਜਿਸ ਦੇ ਵਿੱਚ ਸਾਨੂੰ ਇਹ ਜਾਣਕਾਰੀ ਮਿਲਦੀ ਹੈ ਕਿ ਪਾਕਿਸਤਾਨ ਤੋਂ ਭਾਰਤ ਵਿੱਚ ਨਾਗਰਿਕਤਾ ਪ੍ਰਾਪਤ ਕਰਨ ਦੀ ਵਿਵਸਥਾ ਵਾ, ਤਾਂ ਇਹ ਪਰਮਿਟ ਵਾਲਾ ਸੀਗਾ 19 ਜੁਲਾਈ 1948 ਬਾਰੇ। ਨੈਕਸਟ ਹੈ, ਨਾਗਰਿਕਤਾ ਸੰਬੰਧੀ ਕਾਨੂੰਨ ਬਣਾਉਣ ਦਾ ਅਧਿਕਾਰ ਕਿਸ ਕੋਲ ਹੈ? ਹਾਂਜੀ, ਮੈਂ ਤੁਹਾਨੂੰ ਦੱਸਿਆ ਸੀ ਆਰਟੀਕਲ 11 ਦੇ ਵਿੱਚ ਲਿਖਿਆ ਹੋਇਆ ਕਿ ਨਾਗਰਿਕਤਾ ਸੰਬੰਧੀ ਕਾਨੂੰਨ ਸੰਸਦ ਬਣਾਵੇਗੀ, ਪਰ ਸੰਸਦ ਦਾ ਗ੍ਰਹਿ ਮੰਤਰਾਲਾ ਬਣਾਵੇਗਾ। ਠੀਕ ਹੈ, ਆਪਸ਼ਨ ਕਿਸੇ ਵੀ ਤਰ੍ਹਾਂ ਆ ਸਕਦੇ ਹੋ ਸਕਦਾ ਇੱਥੇ ਗ੍ਰਹਿ ਮੰਤਰਾਲਾ ਲਿਖਿਆ ਹੁੰਦਾ ਸੰਸਦ ਦੀ ਜਗ੍ਹਾ 'ਤੇ, ਫਿਰ ਤੁਸੀਂ ਗ੍ਰਹਿ ਮੰਤਰਾਲਾ ਲਿਖਣਾ ਸੀ। ਆਪਸ਼ਨ ਬੀ ਇੱਥੇ ਰਾਈਟ ਆਂਸਰ ਹੈ। ਨੈਕਸਟ ਹੈ, ਕਿਸ ਦੇਸ਼ ਵਿੱਚ ਦੋਹਰੀ ਨਾਗਰਿਕਤਾ ਦੇ ਸਿਧਾਂਤ ਨੂੰ ਸਵੀਕਾਰ ਕੀਤਾ ਗਿਆ? ਦੋਹਰੀ ਨਾਗਰਿਕਤਾ ਕਿਹੜੇ ਦੇਸ਼ ਦੇ ਵਿੱਚ? ਸਵਿਟਜ਼ਰਲੈਂਡ ਅਤੇ ਅਮੈਰੀਕਾ ਦੇ ਵਿੱਚ ਆ, ਤਾਂ ਆਪਸ਼ਨ ਡੀ ਇੱਥੇ ਰਾਈਟ ਆਂਸਰ ਹੈ। ਭਾਰਤ, ਕੈਨੇਡਾ ਅਤੇ ਬ੍ਰਿਟੇਨ ਦੇ ਵਿੱਚ ਗਹਿਰੀ ਨਾਗਰਿਕਤਾ ਵਾ। ਨੈਕਸਟ ਹੈ, ਸੰਸਦ ਨੇ ਸੰਵਿਧਾਨ ਦੁਆਰਾ ਪ੍ਰਦਾਨ ਕੀਤੀ ਨਾਗਰਿਕਤਾ ਬਾਰੇ ਇੱਕ ਵਿਆਪਕ ਨਾਗਰਿਕਤਾ ਕਾਨੂੰਨ ਕਦੋਂ ਬਣਾਇਆ? ਹਾਂਜੀ, ਸੰਸਦ ਨੇ ਭਾਰਤ ਦੀ ਨਾਗਰਿਕਤਾ ਬਾਰੇ ਇੱਕ ਕਾਨੂੰਨ ਬਣਾਇਆ ਸੀ, ਕਦੋਂ ਬਣਾਇਆ ਸੀ? ਨਾਗਰਿਕਤਾ ਅਧਿਨਿਯਮ 1955। ਆਪਸ਼ਨ ਸੀ ਇੱਥੇ ਰਾਈਟ ਆਂਸਰ ਹੈ। ਠੀਕ ਹੈ, 1955 ਦੇ ਵਿੱਚ ਸੰਸਦ ਨੇ ਕਾਨੂੰਨ ਬਣਾਇਆ। ਫਿਰ ਨੈਕਸਟ ਹੈ, ਭਾਰਤੀ ਸੰਵਿਧਾਨ ਅਧੀਨ ਭਾਰਤ ਦੇ ਨਾਗਰਿਕਾਂ ਨੂੰ ਕਿਹੜੇ ਅਧਿਕਾਰ ਆ ਜੋ ਗੈਰ ਨਾਗਰਿਕਾਂ ਕੋਲ ਨਹੀਂ ਗੇ? ਹਾਂਜੀ, ਭਾਰਤ ਦੇ ਨਾਗਰਿਕਾਂ ਨੂੰ ਕਿਹੜੇ ਅਧਿਕਾਰ ਮਿਲੇ ਆ ਜਿਹੜੇ ਗੈਰ ਨਾਗਰਿਕਾਂ ਨੂੰ ਨਹੀਂ ਮਿਲੇ? ਤਾਂ ਕੁਝ ਜਨਤਕ ਆਉਂਦਿਆਂ ਲਈ ਯੋਗਤਾ, ਮਤਲਬ ਕੀ ਆ, ਦੇਖੋ ਜਿਹੜਾ ਬੰਦਾ ਭਾਰਤ ਦਾ ਨਾਗਰਿਕ ਆ ਉਹਨੂੰ ਸਪੈਸ਼ਲ ਅਧਿਕਾਰ ਇਹ ਮਿਲੇ ਕਿ ਉਹ ਰਾਸ਼ਟਰਪਤੀ ਦੀ ਚੋਣ ਵੀ ਲੜ ਸਕਦਾ, ਪ੍ਰਧਾਨ ਮੰਤਰੀ ਦੀ ਚੋਣ ਲੜ ਸਕਦਾ, ਮਤਲਬ ਉਹ ਰਾਜਨੀਤੀ ਦੇ ਵਿੱਚ ਆ ਸਕਦਾ, ਉਹ ਕਿਸੇ ਵੀ ਪੋਸਟ ਸਰਕਾਰੀ ਨੌਕਰੀ ਆ ਜਿਹੜੀ ਗ੍ਰਹਿਣ ਕਰ ਸਕਦਾ, ਪਰ ਜਿਹੜਾ ਭਾਰਤ ਦਾ ਨਾਗਰਿਕ ਨਹੀਂ ਉਹਨੂੰ ਇਹਨਾਂ ਦੇ ਵਿੱਚੋਂ ਕੁਛ ਵੀ ਨਹੀਂ ਮਿਲੇਗਾ। ਅਤੇ ਜਿਹੜੇ ਗੈਰ ਭਾਰਤੀ ਆ ਉਹਨਾਂ ਨੂੰ ਕਿਹੜੇ ਆਪਸ਼ਨਾਂ ਦੇ ਵਿੱਚੋਂ ਤੁਸੀਂ ਦੱਸਣਾ ਵਾ ਹੁਣ ਕਿ ਜਿਹੜੇ ਭਾਰਤ ਦੇ ਨਾਗਰਿਕ ਨਹੀਂ ਉਹਨਾਂ ਕੋਲ ਕਿਹੜੇ ਅਧਿਕਾਰ ਨਹੀਂ ਮਿਲਣਗੇ ਉਹਨਾਂ ਨੂੰ? ਕੁਝ ਜਨਤਕ ਆਉਂਦਿਆਂ ਲਈ ਯੋਗਤਾ, ਫਿਰ ਸੰਸਦ ਅਤੇ ਵਿਧਾਨ ਸਭਾ ਦੇ ਮੈਂਬਰ ਬਣਨ ਦਾ ਅਧਿਕਾਰ ਵੀ ਨਹੀਂ ਮਿਲੇਗਾ। ਠੀਕ ਹੈ, ਜਿਹੜੇ ਭਾਰਤ ਦੇ ਨਾਗਰਿਕ ਨਹੀਂ ਹਨ। ਪਰ ਇੱਥੇ ਪੁੱਛਿਆ ਕੀ ਹੈ ਕਿ ਭਾਰਤੀ ਸੰਵਿਧਾਨ ਅਧੀਨ ਭਾਰਤ ਦੇ ਨਾਗਰਿਕਾਂ ਨੂੰ ਕਿਹੜੇ ਅਧਿਕਾਰ ਦਿੱਤੇ ਗਏ ਆ? ਤਾਂ ਭਾਰਤ ਦੇ ਨਾਗਰਿਕਾਂ ਨੂੰ ਕਿਹੜੇ ਅਧਿਕਾਰ ਦਿੱਤੇ ਗਏ? ਸੰਸਦ ਅਤੇ ਵਿਧਾਨ ਸਭਾ ਦੇ ਮੈਂਬਰ ਬਣਨ ਦਾ ਅਧਿਕਾਰ, ਇਹ ਗੈਰ ਨਾਗਰਿਕਾਂ ਨੂੰ ਨਹੀਂ ਦਿੱਤਾ ਗਿਆ। ਠੀਕ ਹੈ, ਭਾਰਤ ਦੇ ਨਾਗਰਿਕਾਂ ਨੂੰ ਦਿੱਤਾ ਗਿਆ। ਧਾਰਾ 15, ਧਾਰਾ 16 ਅਤੇ ਧਾਰਾ 19 ਦੌਰਾਨ ਪ੍ਰਦਾਨ ਕੀਤੇ ਗਏ ਮੌਲਿਕ ਅਧਿਕਾਰ ਵੀ ਭਾਰਤ ਦੇ ਨਾਗਰਿਕਾਂ ਨੂੰ ਮਿਲਣਗੇ, ਤਾਂ ਆਪਸ਼ਨ ਡੀ ਇੱਥੇ ਰਾਈਟ ਆਂਸਰ ਹੈ, ਉਪਰੋਕਤ ਸਾਰੇ ਹੀ। ਨੈਕਸਟ ਹੈ, ਭਾਰਤੀ ਸੰਵਿਧਾਨ ਵਿੱਚ ਨਾਗਰਿਕਤਾ ਦੇ ਉਪਬੰਧ ਕਿਸ ਸਾਲ ਤੋਂ ਲਾਗੂ ਹੋਏ? ਦੇਖੋ, ਸੰਵਿਧਾਨ 1950 'ਚ ਲਾਗੂ ਹੋਇਆ, 26 ਜਨਵਰੀ 1950 'ਚ, ਪਰ ਜਦੋਂ ਸੰਵਿਧਾਨ ਬਣ ਕੇ ਤਿਆਰ ਹੋਇਆ ਗਿਆ ਸੀ ਨਾ, ਸੰਵਿਧਾਨ ਅਪਣਾ ਲਿਆ ਗਿਆ ਸੀ, ਅਤੇ ਨਾਗਰਿਕਤਾ ਸੰਬੰਧੀ ਅਧਿਨਿਯਮ ਆ ਜਿਹੜੇ ਜਾਂ ਉਪਬੰਧ ਆ ਉਹ ਉਸੇ ਟਾਈਮ ਹੀ ਲਾਗੂ ਹੋ ਗਏ ਸੀ, ਯਾਨੀ ਕਿ 1949 'ਚ ਹੀ ਲਾਗੂ ਹੋ ਚੁੱਕੇ ਸੀ। ਠੀਕ ਹੈ, ਨੈਕਸਟ ਹੈ, ਭਾਰਤ ਦੇ ਸੰਵਿਧਾਨ ਵਿੱਚ ਨਾਗਰਿਕਤਾ ਸੰਬੰਧੀ ਨਿਯਮ ਕਿਸ ਦਿਨ ਲਾਗੂ ਹੋਏ?
ਭਾਰਤ ਦੇ ਸੰਵਿਧਾਨ ਵਿੱਚ ਨਾਗਰਿਕਤਾ ਸੰਬੰਧੀ ਅਧਿਨਿਯਮ 26 ਨਵੰਬਰ 1949 ਨੂੰ ਲਾਗੂ ਹੋਏ, ਜਿਸ ਦਿਨ ਸੰਵਿਧਾਨ ਦਿਵਸ ਮਨਾਉਂਦੇ ਆ ਨਾ ਅਸੀਂ, 26 ਨਵੰਬਰ 1949 ਨੂੰ ਸੰਵਿਧਾਨ ਆ ਜਿਹੜਾ ਇਹ ਅਪਣਾਇਆ ਗਿਆ ਸੀ, ਇਸ ਕਰਕੇ ਅਸੀਂ 26 ਨਵੰਬਰ ਨੂੰ ਸੰਵਿਧਾਨ ਦਿਵਸ ਮਨਾਉਂਦੇ ਹਾਂ। ਠੀਕ ਹੈ, ਇਸ ਕਰਕੇ ਤੁਸੀਂ ਧਿਆਨ ਦੇ ਵਿੱਚ ਰੱਖਣਾ ਅਤੇ 26 ਨਵੰਬਰ 1949 ਨੂੰ ਹੀ ਨਾਗਰਿਕਤਾ ਸੰਬੰਧੀ ਜਿਹੜੇ ਨਿਯਮ ਸੀਗੇ ਉਹ ਲਾਗੂ ਹੋ ਗਏ ਸੀ। ਨੈਕਸਟ ਹੈ, ਭਾਰਤ ਦਾ ਪਹਿਲਾ ਨਾਗਰਿਕ ਕਿਸ ਨੂੰ ਕਿਹਾ ਗਿਆ? ਭਾਰਤ ਦਾ ਪਹਿਲਾ ਨਾਗਰਿਕ ਹੁੰਦਾ ਰਾਸ਼ਟਰਪਤੀ। ਭਾਰਤ ਦਾ ਰਾਸ਼ਟਰਪਤੀ ਹੈ ਜਿਹੜਾ, ਯਾਨੀ ਕਿ ਭਾਰਤ ਦਾ ਪਹਿਲਾ ਨਾਗਰਿਕ ਆ ਇਹ, ਜਿਹਦੇ ਅਕੋਰਡਿੰਗ ਸਾਰਾ ਦੇਸ਼ ਚੱਲਦਾ ਵਾ। ਨੈਕਸਟ ਹੈ, ਦੋਹਰੀ ਨਾਗਰਿਕਤਾ ਕਿਸ ਦੇਸ਼ ਵਿੱਚ ਅਪਣਾਈ ਗਈ ਹੈ? ਹਾਂਜੀ, ਦੋਹਰੀ ਨਾਗਰਿਕਤਾ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਕਿਹੜੇ ਦੇਸ਼ ਦੇ ਵਿੱਚ ਆ, ਅਮੈਰੀਕਾ ਅਤੇ ਸਵਿਟਜ਼ਰਲੈਂਡ ਦੇ ਵਿੱਚ ਆ। ਠੀਕ ਹੈ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਤਾਂ ਆਪਸ਼ਨ ਨੰਬਰ ਸੀ ਇੱਥੇ ਰਾਈਟ ਆਨਸਰ ਹੈ, ਦੋਹਰੀ ਨਾਗਰਿਕਤਾ ਸਵਿਟਜ਼ਰਲੈਂਡ ਦੇ ਵਿੱਚ ਆ। ਹਾਂਜੀ, ਨੈਕਸਟ ਹੈ, ਭਾਰਤ ਵਿੱਚ ਨਾਗਰਿਕਤਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਹਾਂਜੀ, ਕਿਵੇਂ ਨਹੀਂ ਪ੍ਰਾਪਤ ਕੀਤੀ ਜਾ ਸਕਦੀ ਭਾਰਤ ਵਿੱਚ ਨਾਗਰਿਕਤਾ? ਹਾਂਜੀ ਦੱਸੋ, ਭਾਰਤ ਵਿੱਚ ਨਾਗਰਿਕਤਾ ਭਾਰਤੀ ਬੈਂਕ ਵਿੱਚ ਪੈਸੇ ਜਮ੍ਹਾਂ ਕਰਵਾਉਣ ਨਾਲ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਨਾਗਰਿਕਤਾ ਭਾਰਤ ਦੇ ਸੰਵਿਧਾਨ ਦੀ ਕਿਸ ਸੂਚੀ ਦਾ ਵਿਸ਼ਾ ਹੈ? ਸੂਚੀਆਂ 3 ਆ, ਸੰਘ ਸੂਚੀ ਜਿਹਦੇ 'ਤੇ ਕੇਂਦਰ ਸਰਕਾਰ ਕਾਨੂੰਨ ਬਣਾਉਂਦੀ ਆ, ਰਾਜ ਸੂਚੀ ਜਿਹਦੇ 'ਤੇ ਰਾਜ ਸਰਕਾਰ ਕਾਨੂੰਨ ਬਣਾਉਂਦੀ ਆ, ਸਮਵਰਤੀ ਸੂਚੀ ਕਿਹੜੀ ਆ ਜਿਹਦੇ 'ਤੇ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਮਿਲ ਕੇ ਕਾਨੂੰਨ ਬਣਾਉਂਦੀਆਂ। ਠੀਕ ਹੈ, ਤਾਂ ਭਾਰਤ ਨਾਗਰਿਕਤਾ ਸੰਬੰਧੀ ਕਾਨੂੰਨ ਕੌਣ ਬਣਾ ਸਕਦਾ? ਸੈਂਟਰ ਗੌਰਮੈਂਟ ਯਾਨੀ ਕਿ ਸੰਸਦ, ਤਾਂ ਸੰਘ ਸੂਚੀ 'ਚ ਸ਼ਾਮਿਲ। ਆਪਸ਼ਨ ਏ ਇੱਥੇ ਰਾਈਟ ਆਨਸਰ ਹੈ। ਠੀਕ ਹੈ, ਨੈਕਸਟ ਹੈ, NRI ਦੀ ਫੁੱਲ ਫੋਰਮ ਕੀ ਆ? NRI ਮਤਲਬ ਜਿਹੜੇ ਲੋਕ ਸਟੱਡੀ ਜਾਂ ਕੰਮ ਕਰਨ ਲਈ ਵਿਦੇਸ਼ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ NRI ਬੋਲਿਆ ਜਾਂਦਾ, ਜਿਸ ਦੀ ਫੁੱਲ ਫੋਰਮ ਆ ਨੋਨ ਰੈਜ਼ੀਡੈਂਟ ਇੰਡੀਅਨ। ਮਤਲਬ ਤੁਸੀਂ ਇੱਦਾਂ ਯਾਦ ਰੱਖ ਸਕਦੇ ਹੋ, ਨਹੀਂ ਰਹਿੰਦੇ ਇੰਡੀਆ ਮਤਲਬ ਜਿਹੜੇ ਲੋਕ ਭਾਰਤ ਨਹੀਂ ਰਹਿੰਦੇ, ਨੋਨ ਰੈਜ਼ੀਡੈਂਟ ਇੰਡੀਅਨ ਬੋਲਦੇ ਆ ਇਹਨਾਂ ਨੂੰ। ਠੀਕ ਹੈ, ਤਾਂ ਇਹ ਉਹ ਲੋਕ ਆ ਜਿਹੜੇ ਸਟੱਡੀ ਕਰਨ ਲਈ ਭਾਰਤ ਤੋਂ ਬਾਹਰ ਰਹਿ ਰਹੇ ਆ ਜਾਂ ਕਿਸੇ ਬਿਜ਼ਨਸ ਦੇ ਲਈ ਭਾਰਤ ਤੋਂ ਬਾਹਰ ਰਹਿ ਰਹੇ ਆ। ਅਤੇ ਇਸੇ ਕਰਕੇ ਪ੍ਰਵਾਸੀ ਦਿਵਸ ਆ ਜਿਹੜਾ ਉਹ 9 ਜਨਵਰੀ ਨੂੰ ਮਨਾਇਆ ਜਾਂਦਾ। 9 ਜਨਵਰੀ ਨੂੰ ਮਨਾਇਆ ਜਾਂਦਾ ਪ੍ਰਵਾਸੀ ਦਿਵਸ। ਅਤੇ ਸ਼ੁਰੂਆਤ ਕਦੋਂ ਹੋਈ ਸੀ? 2006 ਤੋਂ ਹੋਈ ਸੀਗੀ। ਅਤੇ 9 ਜਨਵਰੀ ਨੂੰ ਹੀ ਪ੍ਰਵਾਸੀ ਦਿਵਸ ਕਿਉਂ ਮਨਾਇਆ ਜਾਂਦਾ? ਕਿਉਂਕਿ ਇਸ ਦਿਨ ਮਹਾਤਮਾ ਗਾਂਧੀ 1915 ਦੇ ਵਿੱਚ ਸਾਊਥ ਅਫਰੀਕਾ ਤੋਂ ਭਾਰਤ ਆਏ ਸੀ। ਠੀਕ ਹੈ, ਨੈਕਸਟ ਹੈ, OCI ਕਾਰਡ ਦੀ ਨਾਗਰਿਕਤਾ ਸੰਬੰਧੀ ਫੁੱਲ ਫੋਰਮ ਕੀ ਹੈ? ਹਾਂਜੀ, OCI ਕਾਰਡ, OCI ਮਤਲਬ ਓਵਰਸੀਜ਼ ਸਿਟੀਜ਼ਨ ਆਫ ਇੰਡੀਆ। ਜਿਹੜੇ ਲੋਕ ਵਿਦੇਸ਼ਾਂ ਵਿੱਚ ਰਹਿੰਦੇ ਆ ਭਾਰਤੀ ਮੂਲ ਦੇ ਆ ਉਹਨਾਂ ਨੂੰ OCI ਕਾਰਡ ਜਾਰੀ ਕੀਤਾ ਜਾਂਦਾ। OCI ਧਾਰਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ। ਜਿਸ ਵਿਅਕਤੀ ਕੋਲ OCI ਕਾਰਡ ਹੁੰਦਾ ਵਾ ਉਹ ਭਾਰਤ ਵਿੱਚ ਕਦੋਂ ਵੀ ਆ ਸਕਦਾ, ਕਦੋਂ ਵੀ ਜਾ ਸਕਦਾ, ਕਿੰਨੇ ਵੀ ਸਮੇਂ ਲਈ ਉਹ ਭਾਰਤ ਵਿੱਚ ਰਹਿ ਸਕਦਾ, ਵੋਟ ਪਾ ਸਕਦਾ, ਵੋਟਾਂ 'ਚ ਖੜ੍ਹ ਸਕਦਾ ਵਾ। ਠੀਕ ਹੈ, ਨੈਕਸਟ ਹੈ ਜੀ, ਇੰਡੀਅਨ ਸਿਟੀਜ਼ਨਸ਼ਿਪ ਐਕਟ 1955 ਯਾਨੀ ਕਿ ਭਾਰਤੀ ਨਾਗਰਿਕਤਾ ਅਧਿਨਿਯਮ 1955 ਵਿੱਚ ਹੁਣ ਤੱਕ ਕਿੰਨੇ ਵਾਰ ਸੋਧ ਹੋਈ ਆ? ਹਾਂਜੀ, ਸੰਸਦ ਨੇ ਜਿਹੜਾ 1955 'ਚ ਭਾਰਤੀ ਨਾਗਰਿਕਤਾ ਦੇ ਲਈ 5 ਤਰ੍ਹਾਂ ਦੇ ਕਾਨੂੰਨ ਬਣਾਏ ਸੀਗੇ, ਤਾਂ ਉਹਦੇ ਵਿੱਚ ਸੋਧ ਕਿੰਨੇ ਵਾਰ ਹੋਈ ਆ? 6 ਵਾਰ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਲਾਸਟ ਟਾਈਮ ਕਦੋਂ ਹੋਈ? 2019 'ਚ। ਇਹ ਤੁਸੀਂ ਧਿਆਨ 'ਚ ਰੱਖਣਾ, ਆ ਸਕਦਾ ਤੁਹਾਨੂੰ। ਪਹਿਲੀ ਵਾਰ ਕਦੋਂ ਹੋਈ? 1986 'ਚ। ਫਿਰ ਕਦੋਂ ਹੋਈ? 1992 ਦੇ ਵਿੱਚ। ਬਾਅਦ ਵਿੱਚ 2003 ਦੇ ਵਿੱਚ ਸੋਧ ਹੋਈ, ਫਿਰ 2005 'ਚ। ਮੈਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਇਹ ਟੋਪਿਕ ਥਿਊਰੀ ਵਾਈਜ਼ ਕਰਵਾਇਆ ਵਾ, ਤੁਸੀਂ ਉੱਥੇ ਪੜ੍ਹ ਸਕਦੇ ਹੋ। ਕਿਉਂਕਿ ਬਾਅਦ 'ਚ ਬਹੁਤ ਸਾਰੇ ਸਟੂਡੈਂਟਸ ਕਹਿ ਦਿੰਦੇ ਆ ਕਿ ਕਲਾਸ ਬੋਰਿੰਗ ਲੱਗ ਰਹੀ ਹੈ, ਇਸ ਕਰਕੇ ਮੈਂ ਥਿਊਰੀ ਐਡ ਕਰਵਾਈ ਹੈ, MCQ ਅਲੱਗ ਕਰਵਾ ਰਹੀ ਹਾਂ। ਠੀਕ ਹੈ, ਨੈਕਸਟ ਹੈ,
ਨਾਗਰਿਕਤਾ ਸੋਧ ਕਾਨੂੰਨ 2019 ਅਧੀਨ ਕਿੰਨੇ ਦੇਸ਼ਾਂ ਤੋਂ ਘੱਟ ਗਿਣਤੀ ਵਿਅਕਤੀਆਂ ਨੂੰ ਨਾਗਰਿਕਤਾ ਪ੍ਰਦਾਨ ਕਰਨ ਸੰਬੰਧੀ 31 ਦਸੰਬਰ 2014 ਨੂੰ ਮਿਤੀ ਨਿਸ਼ਚਿਤ ਕੀਤੀ ਗਈ? ਦੇਖੋ, ਨਾਗਰਿਕਤਾ ਸੋਧ ਕਾਨੂੰਨ 2019 ਦੇ ਵਿੱਚ ਇਹ ਲਾਗੂ ਹੋਇਆ, 2019 ਦੇ ਵਿੱਚ ਇਹ ਪਾਸ ਹੋਇਆ, 2024 ਦੇ ਵਿੱਚ ਲਾਗੂ ਹੋਇਆ ਵਾ। ਇਹ ਤੁਹਾਡੇ ਲਈ ਇਸ ਕਰਕੇ ਇੰਪੋਰਟੈਂਟ ਆ ਕਰੰਟ ਅਫੇਅਰ ਦੇ ਪੁਆਇੰਟ ਆਫ ਵਿਊ ਤੋਂ ਵੀ। ਤਾਂ ਨਾਗਰਿਕਤਾ ਸੋਧ ਕਾਨੂੰਨ 2019 ਅਧੀਨ ਕਿੰਨੇ ਦੇਸ਼ਾਂ ਤੋਂ ਘੱਟ ਗਿਣਤੀ ਵਿਅਕਤੀਆਂ ਨੂੰ ਨਾਗਰਿਕਤਾ ਪ੍ਰਦਾਨ ਕਰਨ ਸੰਬੰਧੀ 31 ਦਸੰਬਰ 2014 ਮਿਤੀ ਨਿਸ਼ਚਿਤ ਕੀਤੀ ਗਈ? 3 ਦੇਸ਼ਾਂ ਤੋਂ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਕਿਹੜੇ ਕਿਹੜੇ? ਪਾਕਿਸਤਾਨ, ਬਾਂਗਲਾਦੇਸ਼, ਅਫਗਾਨਿਸਤਾਨ। ਦੇਖੋ, ਜਿਹੜੇ ਵਿਅਕਤੀ ਭਾਰਤ ਵਿੱਚ 31 ਦਸੰਬਰ 2014 ਤੋਂ ਰਹਿ ਰਹੇ ਆ ਉਹਨਾਂ ਨੂੰ ਭਾਰਤ ਦਾ ਨਾਗਰਿਕ ਮੰਨਿਆ ਜਾਵੇਗਾ। ਪਰ ਜੇਕਰ ਕੋਈ ਇਸ ਮਿਤੀ ਤੋਂ ਬਾਅਦ ਭਾਰਤ ਵਿੱਚ ਆਉਂਦਾ ਤਾਂ ਉਹ ਭਾਰਤ ਵਿੱਚ 6 ਸਾਲ ਰਹਿ ਕੇ ਭਾਰਤ ਦੀ ਨਾਗਰਿਕਤਾ ਪ੍ਰਾਪਤ ਕਰ ਸਕਦਾ। ਇਹ ਆ ਨਾਗਰਿਕਤਾ ਸੋਧ ਕਾਨੂੰਨ 2019। ਠੀਕ ਹੈ, ਨੈਕਸਟ ਹੈ ਜੀ, ਨਾਗਰਿਕਤਾ ਸੋਧ ਕਾਨੂੰਨ 2019 ਅਧੀਨ ਕਿਹੜੇ ਧਰਮ ਦੇ ਨਾਗਰਿਕਾਂ ਨੂੰ ਨਾਗਰਿਕਤਾ ਪ੍ਰਾਪਤ ਕਰਨ ਲਈ 31 ਦਸੰਬਰ 2014 ਮਿਤੀ ਨਿਸ਼ਚਿਤ ਨਹੀਂ ਕੀਤੀ ਗਈ? ਦੇਖੋ, ਨਾਗਰਿਕਤਾ ਸੋਧ ਕਾਨੂੰਨ 2019 ਆ ਜਿਹੜਾ, ਇਹ ਬਹੁਤ ਇੰਪੋਰਟੈਂਟ ਆ ਤੁਹਾਡੇ ਲਈ। ਇਹ ਬਣਾਇਆ ਗਿਆ ਸੀ ਜੀ ਘੱਟ ਗਿਣਤੀ ਭਾਈਚਾਰੇ ਲਈ। ਕਿਹਦੇ ਲਈ? ਘੱਟ ਗਿਣਤੀ ਭਾਈਚਾਰੇ ਲਈ, ਪਰ 3 ਦੇਸ਼ਾਂ ਦੇ ਲਈ ਸੀ, ਪਾਕਿਸਤਾਨ, ਬਾਂਗਲਾਦੇਸ਼, ਅਫਗਾਨਿਸਤਾਨ। ਇਹ ਤਿੰਨੋਂ ਕੀ ਆ? ਮੁਸਲਿਮ ਦੇਸ਼ ਆ। ਬਾਕੀ ਜਿੰਨੇ ਵੀ ਧਰਮ ਇਹਦੇ ਵਿੱਚ ਰਹਿ ਰਹੇ ਆ ਉਹ ਸਾਰੇ ਘੱਟ ਗਿਣਤੀ ਦੇ ਵਿੱਚ ਆਉਂਦੇ ਆ। ਅਤੇ ਜਿਹੜੇ ਹਿੰਦੂ ਧਰਮ, ਸਿੱਖ ਧਰਮ, ਜੈਨ ਧਰਮ, ਬੁੱਧ ਧਰਮ, ਪਾਰਸੀ ਅਤੇ ਕ੍ਰਿਸਚਨ ਆ, ਉਹਨਾਂ 'ਤੇ ਹੀ ਨਾਗਰਿਕਤਾ ਅਧੀਨਿਯਮ 2019 ਲਾਗੂ ਹੁੰਦਾ ਵਾ। ਜਾਣੀ ਕਿ ਜੇਕਰ ਇਹ 6 ਸਾਲ ਭਾਰਤ ਦੇ ਵਿੱਚ ਰਹਿੰਦੇ ਆ ਤਾਂ ਇਹਨਾਂ ਨੂੰ ਨਾਗਰਿਕਤਾ ਮਿਲ ਜੂਗੀ। ਪਰ ਜਿਹੜੇ ਮੁਸਲਮਾਨ ਆ ਉਹਨਾਂ ਨੂੰ ਨਾਗਰਿਕਤਾ ਹਾਸਲ ਕਰਨ ਦੇ ਲਈ ਭਾਰਤ ਦੇ ਵਿੱਚ 11 ਸਾਲ ਰਹਿਣਾ ਪਵੇਗਾ। ਇਹ ਮੁਸਲਮਾਨਾਂ 'ਤੇ ਇਸਲਾਮ ਧਰਮ 'ਤੇ ਲਾਗੂ ਨਹੀਂ ਹੁੰਦਾ। ਨੈਕਸਟ ਹੈ, ਕਿਸ ਅਨੁਸੂਚੀ ਵਿੱਚ ਦਰਜ ਰਾਜਾਂ 'ਤੇ ਨਾਗਰਿਕਤਾ ਸੋਧ ਕਾਨੂੰਨ 2019 ਲਾਗੂ ਨਹੀਂ ਹੁੰਦਾ? ਹਾਂਜੀ, 6ਵੀਂ ਅਨੁਸੂਚੀ ਦੇ ਵਿੱਚ ਕੁਝ ਰਾਜ ਦਰਜ ਆ, ਜਿਵੇਂ ਤ੍ਰਿਪੁਰਾ, ਮਿਜ਼ੋਰਮ, ਅਸਮ, ਮੇਘਾਲਿਆ। ਜਾਣੀ ਕਿ ਕੋਈ ਵੀ ਵਿਅਕਤੀ ਜੋ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਤੋਂ ਆ ਕੇ ਭਾਰਤ ਵਿੱਚ ਰਹਿੰਦਾ ਵਾ, ਅਤੇ ਜੇਕਰ ਉਹ ਇਹਨਾਂ 4 ਰਾਜਾਂ ਦੇ ਵਿੱਚ ਰਹਿੰਦਾ ਜਿਹੜੇ 6ਵੀਂ ਅਨੁਸੂਚੀ ਦੇ ਵਿੱਚ ਦਰਜ ਆ, ਤਾਂ ਉਹਨਾਂ ਨੂੰ ਨਾਗਰਿਕਤਾ ਸੋਧ ਕਾਨੂੰਨ 2019 ਉਹਨਾਂ 'ਤੇ ਲਾਗੂ ਨਹੀਂ ਹੋਵੇਗਾ। ਠੀਕ ਹੈ, ਫਿਰ ਉਹਨਾਂ 'ਤੇ ਲਾਗੂ ਨਹੀਂ ਹੋਵੇਗਾ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਨੈਕਸਟ ਹੈ, ਵਿਦੇਸ਼ੀ ਨਾਗਰਿਕਾਂ ਨੂੰ ਕਿਸ ਆਰਟੀਕਲ ਤਹਿਤ ਭਾਰਤ ਦੇ ਮੌਲਿਕ ਅਧਿਕਾਰ ਪ੍ਰਦਾਨ ਕੀਤੇ ਜਾ ਸਕਦੇ ਆ? ਹਾਂਜੀ, ਵੈਰੀ ਇੰਪੋਰਟੈਂਟ। ਤਾਂ ਵਿਦੇਸ਼ੀ ਨਾਗਰਿਕਾਂ ਨੂੰ ਆਰਟੀਕਲ, ਕਿਹੜੇ ਆਰਟੀਕਲ ਦੇ ਤਹਿਤ ਭਾਰਤੀ ਸੰਵਿਧਾਨ ਦੇ ਮੌਲਿਕ ਅਧਿਕਾਰ ਪ੍ਰਾਪਤ ਕੀਤੇ ਜਾ ਸਕਦੇ ਆ? ਆਰਟੀਕਲ 14। ਆਪਸ਼ਨ ਏ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ, ਭਾਰਤ ਦੇ ਨਾਗਰਿਕਤਾ ਕਾਨੂੰਨ ਵਿੱਚ ਸੋਧ ਰਾਹੀਂ ਓਵਰਸੀਜ਼ ਸਿਟੀਜ਼ਨ ਦੀ ਸ਼੍ਰੇਣੀ ਕਿਸ ਸਾਲ ਵਿੱਚ ਸ਼ਾਮਿਲ ਕੀਤੀ ਗਈ? ਹਾਂਜੀ, ਜਿਹੜੀ ਭਾਰਤੀ ਨਾਗਰਿਕਤਾ ਸੋਧ ਹੋਇਆ ਸੀ ਓਵਰਸੀਜ਼ ਨੂੰ ਸਪੈਸ਼ਲ ਉਪਬੰਧ ਦਿੱਤੇ ਗਏ ਆ, ਜਿਹਦੇ ਬਾਰੇ ਆਪਾਂ ਉੱਪਰ ਗੱਲ ਕੀਤੀ ਆ, ਤਾਂ ਇਹ ਕਿਹੜੇ ਸਾਲ ਵਿੱਚ ਸ਼ਾਮਿਲ ਕੀਤੀ ਗਈ ਸੀ? 2005 'ਚ। ਆਪਸ਼ਨ ਸੀ ਇੱਥੇ ਰਾਈਟ ਆਂਸਰ ਹੈ। ਨੈਕਸਟ, ਨਾਗਰਿਕਤਾ ਸੋਧ ਐਕਟ ਭਾਰਤ ਦੇ ਸੰਵਿਧਾਨ ਦੇ ਹੇਠ ਲਿਖੇ ਭਾਗਾਂ ਵਿੱਚੋਂ ਕਿਸ ਦੇ ਅਧੀਨ ਆਉਂਦਾ? ਹਾਂਜੀ, ਨਾਗਰਿਕਤਾ ਸੋਧ ਐਕਟ ਨਾਗਰਿਕਤਾ ਦੇ ਵਿੱਚ ਹੀ ਆਊਗਾ, ਤਾਂ ਕਿਹੜੇ ਭਾਗ ਦੇ ਵਿੱਚ ਆਉਂਦਾ ਵਾ? ਭਾਗ 2 ਦੇ ਵਿੱਚ। ਆਪਸ਼ਨ ਏ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ ਜੀ, ਸੰਸਦ ਨੂੰ ਨਾਗਰਿਕਤਾ ਬਾਰੇ ਕਾਨੂੰਨ ਬਣਾਉਣ ਦਾ ਅਧਿਕਾਰ ਕਿਸ ਅਨੁਛੇਦ ਅਧੀਨ ਦਿੱਤਾ ਗਿਆ? ਉਮੀਦ ਕਰਦੇ ਹਾਂ ਕਿ ਇਸਦਾ ਆਨਸਰ ਤੁਸੀਂ ਐਜ਼ ਆ ਟੈਸਟ ਦੇ ਸਕਦੇ ਹੋ। ਤਾਂ ਅਨੁਛੇਦ 11 ਦੇ ਵਿੱਚ ਸਾਨੂੰ ਜਾਣਕਾਰੀ ਮਿਲਦੀ ਹੈ ਕਿ ਨਾਗਰਿਕਤਾ ਸੰਬੰਧੀ ਕਾਨੂੰਨ ਸੰਸਦ ਬਣਾਵੇਗੀ। ਨੈਕਸਟ ਹੈ, ਭਾਰਤੀ ਸੰਵਿਧਾਨ ਵਿੱਚ ਨਾਗਰਿਕਤਾ ਦੀ ਪਰਿਭਾਸ਼ਾ ਕਿਸ ਅਨੁਛੇਦ ਵਿੱਚ ਦਿੱਤੀ ਗਈ ਹੈ? ਹਾਂਜੀ, ਨਾਗਰਿਕਤਾ ਦੀ ਪਰਿਭਾਸ਼ਾ ਆ ਜੇ, ਚਾਹੇ ਬਜਟ ਦੀ ਪਰਿਭਾਸ਼ਾ ਆ ਜੇ, ਬਜਟ
ਚਾਹੇ ਬਜਟ ਦੀ ਪਰਿਭਾਸ਼ਾ ਆ ਜਾਵੇ, ਚਾਹੇ ਨਾਗਰਿਕਤਾ ਦੀ ਪਰਿਭਾਸ਼ਾ ਆ ਜਾਵੇ, ਇਹ ਸੰਵਿਧਾਨ ਦੇ ਕਿਸੇ ਵੀ ਭਾਗ ਜਾਂ ਕਿਸੇ ਵੀ ਆਰਟੀਕਲ ਵਿੱਚ ਇਸ ਦੀ ਗੱਲ ਨਹੀਂ ਹੋਈ ਗਈ ਪਰਿਭਾਸ਼ਾ ਦੀ। ਠੀਕ ਹੈ, ਮੈਂ ਤੁਹਾਨੂੰ ਦੱਸਤਾ ਕਿ 5 'ਚ ਕੀ ਆ, 6 'ਚ ਕੀ ਆ, 7 'ਚ ਕੀ ਆ, 8 'ਚ ਕੀ ਆ, 9 'ਚ ਕੀ ਆ, 10 ਕੀ ਆ। ਇਸ ਕਰਕੇ ਆਂਸਰ ਨਾ ਗਲਤ ਲਾਇਓ। ਨਾਗਰਿਕਤਾ ਦੀ ਪਰਿਭਾਸ਼ਾ ਕਿਸੇ ਵੀ ਆਰਟੀਕਲ 'ਚ ਨਹੀਂ, ਕਿਸੇ ਵੀ ਭਾਗ 'ਚ ਨਹੀਂ ਗੀ, ਬਜਟ ਦੀ ਵੀ ਨਹੀਂ ਗੀ, ਬਜਟ ਸ਼ਬਦ ਵੀ ਨਹੀਂ ਵਰਤਿਆ ਗਿਆ। ਨੈਕਸਟ ਹੈ, ਭਾਰਤ ਵਿੱਚ ਨਾਗਰਿਕਤਾ ਪ੍ਰਾਪਤ ਕਰਨ ਲਈ ਨਿਯਮ ਕੌਣ ਬਣਾਉਂਦਾ? ਆਲਰੇਡੀ ਤੁਹਾਨੂੰ ਪਤਾ ਵਾ, ਸੰਸਦ ਦਾ ਗ੍ਰਹਿ ਮੰਤਰਾਲਾ ਬਣਾਉਂਦਾ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਨਾਗਰਿਕਤਾ ਸੋਧ ਕਾਨੂੰਨ ਸੰਸਦ ਵਿੱਚ ਕਦੋਂ ਪਾਸ ਹੋਇਆ? ਹਾਂਜੀ, ਨਾਗਰਿਕਤਾ ਸੋਧ ਕਾਨੂੰਨ ਸੰਸਦ ਦੇ ਵਿੱਚ ਕਦੋਂ ਪਾਸ ਹੋਇਆ? ਤਾਂ ਇਹ ਪਾਸ ਹੋਇਆ ਸੀਗਾ ਜੀ 11 ਦਸੰਬਰ 2019 ਨੂੰ, ਪਰ ਲਾਗੂ 2024 'ਚ ਹੋਇਆ। ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਨਾਗਰਿਕਤਾ ਸੋਧ ਕਾਨੂੰਨ ਉਹੀ ਆ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਵਾਲਾ, ਜਿਹੜਾ ਕਿ 11 ਦਸੰਬਰ 2019 ਨੂੰ ਪਾਸ ਹੋਇਆ। ਨਾਗਰਿਕਤਾ ਸੋਧ ਕਾਨੂੰਨ ਜਾਣੀ ਕਿ CAA 2019 ਦਾ ਉਦੇਸ਼ ਕੀ ਹੈ? ਨਾਗਰਿਕਤਾ ਸੋਧ ਕਾਨੂੰਨ 2019 ਦਾ ਉਦੇਸ਼ ਮੈਂ ਤੁਹਾਨੂੰ ਦੱਸ ਚੁੱਕੀ ਹਾਂ, ਅਫਗਾਨਿਸਤਾਨ, ਬੰਗਲਾਦੇਸ਼ ਅਤੇ ਪਾਕਿਸਤਾਨ ਦੇ ਦੱਬੇ ਕੁਚਲੇ ਘੱਟ ਗਿਣਤੀ ਸਮੂਹਾਂ ਨੂੰ ਨਾਗਰਿਕਤਾ ਦੇਣਾ। ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ, ਨਾਗਰਿਕਤਾ ਸੋਧ ਕਾਨੂੰਨ 2019 ਦੇ ਤਹਿਤ ਭਾਰਤੀ ਨਾਗਰਿਕਾਂ ਲਈ ਭਾਰਤ ਵਿੱਚ ਲਗਾਤਾਰ 11 ਸਾਲ ਰਹਿਣ ਦੀ ਸੀਮਾ ਨੂੰ ਘਟਾ ਕੇ ਕਿੰਨੇ ਸਾਲ ਕਰ ਦਿੱਤਾ ਗਿਆ? ਹਾਂਜੀ, ਨਾਗਰਿਕਤਾ ਸੋਧ ਕਾਨੂੰਨ 2019 ਦੇ ਤਹਿਤ ਮੈਂ ਤੁਹਾਨੂੰ ਦੱਸਿਆ ਸੀ ਕਿ ਉਹ 6 ਸਾਲ ਭਾਰਤ ਵਿੱਚ, ਦੇਖੋ 2014 ਤੋਂ ਬਾਅਦ ਜਿਨ੍ਹਾਂ ਦਾ ਜਨਮ ਹੋਇਆ ਉਹ ਭਾਰਤ ਦੇ ਵਿੱਚ, 2019 ਦੇ ਵਿੱਚ ਇਹ ਪਾਸ ਹੋ ਗਿਆ ਐਕਟ ਕਿ ਉਹ ਭਾਰਤ ਦੇ ਨਾਗਰਿਕ ਹੋਣਗੇ, ਤਾਂ ਕਿੰਨਾ ਬਣਦਾ ਵਾ? ਇਹ 5 ਸਾਲ ਹੀ ਬਣਦਾ ਵਾ। ਪਰ ਪੇਪਰ ਦੇ ਵਿੱਚ ਜਿਹੜਾ ਆਇਆ ਹੋਇਆ ਨਾ, ਧਿਆਨ ਦਿਓ, ਨਾਗਰਿਕਤਾ ਸੋਧ ਕਾਨੂੰਨ 2019 ਦੇ ਤਹਿਤ ਭਾਰਤੀ ਨਾਗਰਿਕਤਾ ਲਈ ਭਾਰਤ ਵਿੱਚ ਲਗਾਤਾਰ 11 ਸਾਲ ਦੀ ਰਹਿਣ ਦੀ ਉਮਰ ਨੂੰ ਘਟਾ ਜਾਂ ਸੀਮਾ ਨੂੰ ਘਟਾ ਕੇ ਕਿੰਨੇ ਸਾਲ ਕਰ ਦਿੱਤਾ ਗਿਆ? ਤਾਂ ਪੇਪਰ ਦੇ ਵਿੱਚ ਆਪਸ਼ਨ 7 ਸਾਲ ਸਹੀ ਕੀਤੀ ਗਈ ਹੈ SSC ਦੇ। ਠੀਕ ਹੈ, ਇਸੇ ਕਰਕੇ ਐਡ ਕੀਤਾ ਗਿਆ ਤਾਂ ਜੋ ਮੈਂ ਤੁਹਾਨੂੰ ਦੱਸ ਸਕਾਂ। ਅਤੇ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਕਿ ਨਾਗਰਿਕਤਾ ਸੋਧ ਕਾਨੂੰਨ 2019 ਦੇ ਤਹਿਤ ਅਸੀਂ ਜੇ ਆਪਸ਼ਨ ਲਾਉਣੀ ਹੋਵੇ, 6 ਸਾਲ ਦੀ ਇਹ 'ਚ ਆਪਸ਼ਨ ਨਹੀਂ ਗੀ, ਪਰ ਆਪਾਂ ਨੂੰ ਇਹ ਪਤਾ ਕਿ ਕੋਈ ਵੀ ਵਿਅਕਤੀ ਜੇ ਬਾਹਰੋਂ ਆ ਕੇ ਸਾਡੇ ਦੇਸ਼ ਦੇ ਵਿੱਚ ਰਹਿੰਦਾ ਤਾਂ ਉਹਨੂੰ 7 ਸਾਲ ਰਹਿਣਾ ਜ਼ਰੂਰੀ ਹੈ। ਠੀਕ ਹੈ, 7 ਸਾਲ ਰਹਿਣਾ ਜ਼ਰੂਰੀ ਹੈ, ਫਿਰ ਉਹਨੂੰ ਭਾਰਤ ਦੀ ਨਾਗਰਿਕਤਾ ਮਿਲ ਜੂਗੀ। ਤਾਂ ਇਸ ਕਰਕੇ ਆਪਸ਼ਨ ਪੇਪਰ ਦੇ ਵੱਲੋਂ 7 ਸਾਲ ਟਿੱਕ ਕੀਤੀ ਗਈ ਹੈ, ਕਿਉਂਕਿ 6 ਸਾਲ ਦੀ ਆਪਸ਼ਨ ਨਹੀਂ ਸੀ। ਨੈਕਸਟ ਹੈ, ਜੇ 6 ਸਾਲ ਦੀ ਆਉਂਦੀ ਹੈ ਫਿਰ 6 ਸਾਲ ਦੀ ਲਗਾ ਸਕਦੇ ਹਾਂ। ਭਾਰਤ ਵਿੱਚ ਨਾਗਰਿਕਤਾ ਕਿਵੇਂ ਪ੍ਰਾਪਤ ਕੀਤੀ ਜਾਂਦੀ ਹੈ? ਹਾਂਜੀ, ਨਾਗਰਿਕਤਾ 5 ਤਰੀਕਿਆਂ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ, ਜਾਣੀ ਕਿ ਉਪਰੋਕਤ ਸਾਰੇ ਕਿਹੜੇ ਕਿਹੜੇ? ਜਨਮ ਦੁਆਰਾ, ਵੰਸ਼ ਦੇ ਆਧਾਰ 'ਤੇ, ਨੈਚੁਰਲਾਈਜੇਸ਼ਨ ਦੁਆਰਾ, ਰਜਿਸਟ੍ਰੇਸ਼ਨ ਦੁਆਰਾ, ਖੇਤਰ ਨੂੰ ਸ਼ਾਮਿਲ ਕਰਕੇ। ਨੈਕਸਟ ਹੈ, ਭਾਰਤੀ ਸੰਵਿਧਾਨ ਦੇ ਕਿਹੜੇ ਹਿੱਸੇ ਵਿੱਚ ਸੰਵਿਧਾਨ ਦੇ ਸ਼ੁਰੂ ਵਿੱਚ ਨਾਗਰਿਕਤਾ ਦਾ ਜ਼ਿਕਰ ਆ? ਹਾਂਜੀ, ਭਾਰਤੀ ਸੰਵਿਧਾਨ ਦੇ ਕਿਹੜੇ ਆਰਟੀਕਲ ਵਿੱਚ ਨਾਗਰਿਕਤਾ ਦਾ ਜ਼ਿਕਰ ਜਾਂ ਨਾਗਰਿਕਤਾ ਬਾਰੇ ਉਪਬੰਧ ਸ਼ੁਰੂ ਹੁੰਦੇ ਆ? ਤਾਂ ਆਰਟੀਕਲ 5 ਦੇ ਵਿੱਚ, 5 ਤੋਂ 11 ਵਾ ਨਾ, 5 ਤੋਂ ਸ਼ੁਰੂ ਹੁੰਦੇ ਆ। ਆਪਸ਼ਨ ਏ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ, ਨਾਗਰਿਕਤਾ ਸੋਧ ਕਾਨੂੰਨ ਜਾਣੀ ਕਿ CAA 2019 ਦਾ ਉਦੇਸ਼ ਕਿਹੜੇ ਦੇਸ਼ ਦੇ ਹਿੰਦੂ, ਸਿੱਖ, ਬੋਧੀ, ਜੈਨ, ਪਾਰਸੀ ਜਾਂ ਈਸਾਈ ਭਾਈਚਾਰਿਆਂ ਦੇ ਪ੍ਰਵਾਸੀਆਂ ਨੂੰ ਨਾਗਰਿਕਤਾ ਦੇਣਾ ਹੈ? ਹਾਂਜੀ, 2019 ਦਾ ਉਦੇਸ਼ ਕੀ ਹੈ ਕਿ ਕਿਹੜੇ ਦੇਸ਼ ਦੇ ਹਿੰਦੂ, ਸਿੱਖ, ਬੋਧੀ, ਜੈਨ, ਪਾਰਸੀ, ਈਸਾਈਆਂ ਨੂੰ, ਈਸਾਈ ਨਹੀਂ ਹੋਊਗਾ, ਪ੍ਰਵਾਸੀ ਨਾਗਰਿਕਤਾ ਦੇਣਾ ਵਾ? ਤਾਂ ਇਹ ਹੈਗਾ ਜੀ ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼, ਉਪਰੋਕਤ ਸਾਰੇ ਹੀ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ, ਕਿਸ ਕਮੇਟੀ ਦੇ ਸੁਝਾਅ 'ਤੇ ਨਾਗਰਿਕਤਾ ਸੋਧ ਬਿੱਲ 2003 ਸੰਸਦ ਦੁਆਰਾ ਪਾਸ ਕੀਤਾ ਗਿਆ? ਹਾਂਜੀ, ਨਾਗਰਿਕਤਾ ਸੋਧ ਬਿੱਲ 2003 ਆ ਜਿਹੜਾ, ਇਸ ਸੰਸਦ ਦੇ ਵਿੱਚ ਪਾਸ ਕੀਤਾ ਗਿਆ ਸੀ। ਕਿਹੜੀ ਕਮੇਟੀ ਦੀ ਸਿਫਾਰਸ਼ ਦੇ ਆਧਾਰ 'ਤੇ ਪਾਸ ਕੀਤਾ ਗਿਆ, ਇਹ ਤੁਸੀਂ ਦੱਸਣਾ।
ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ ਜਿਹੜੇ ਸਟੂਡੈਂਟਸ ਨੂੰ ਪਤਾ, ਕਿਉਂਕਿ ਪੰਜਾਬ ਪੁਲਿਸ ਕਾਂਸਟੇਬਲ ਦੇ ਪੇਪਰ ਦੇ ਵਿੱਚ ਇਹ ਕੁਐਸਚਨ ਆ ਚੁੱਕਿਆ ਵਾ। 2003 ਦੀ ਗੱਲ ਕਰ ਰਹੀ ਹਾਂ ਜੀ ਮੈਂ। ਦੇਖੋ ਮੈਂ ਤੁਹਾਨੂੰ ਦੱਸਦੀ ਹਾਂ ਇੱਥੇ 2003 ਦਾ ਕੀ ਮਤਲਬ ਆ। ਦੇਖੋ ਪਹਿਲਾਂ ਸੰਸਦ ਦੇ ਵਿੱਚ ਪਹਿਲਾਂ ਹੀ ਤੁਸੀਂ ਪੜ੍ਹਦੇ ਹੋ ਅਧੀਨਿਯਮ 1955 ਸੰਸਦ ਦੁਆਰਾ ਬਣਾਇਆ ਗਿਆ ਸੀ ਕਿ ਜਨਮ ਦੇ ਆਧਾਰ 'ਤੇ ਨਾਗਰਿਕਤਾ ਮਿਲਦੀ ਆ। ਦੇਖੋ ਕੁਝ ਲੋਕਾਂ ਨੇ ਇਹਦਾ ਨਜਾਇਜ਼ ਫਾਇਦਾ ਉਠਾਇਆ, ਕਿਸੇ ਵੀ ਲੇਡੀ ਦੀ ਡਿਲੀਵਰੀ ਇੱਧਰ ਆ ਕੇ ਕਰਵਾਉਣ ਲੱਗੇ ਸੀ ਉਹ ਕਿ ਜਨਮ ਇੱਧਰ ਹੋ ਜੂਗਾ ਅਤੇ ਵਿਅਕਤੀ ਭਾਰਤ ਦਾ ਨਾਗਰਿਕ ਹੋ ਜੂਗਾ। ਫਿਰ ਉਹ ਬੱਚੇ ਨੂੰ ਸ਼ੁਰੂ ਤੋਂ ਹੀ ਇੱਦਾਂ ਦੀ ਟ੍ਰੇਨਿੰਗ ਦਿੰਦੇ ਸੀ ਕਿ ਅੱਤਵਾਦ ਫੈਲਾਉਣਾ ਹੀ ਉਹਦਾ ਟਾਰਗੇਟ ਹੁੰਦਾ ਸੀ ਉਹਦੇ ਜੀਵਨ ਦਾ, ਠੀਕ ਹੈ। ਬਾਅਦ ਵਿੱਚ 1986 ਵਿੱਚ ਰੂਲ ਬਣਾ ਤਾ, ਸੋਧ ਕਰਕੇ 1986 'ਚ ਰੂਲ ਬਣਾਇਆ ਕਿ ਜਦੋਂ ਬੱਚਾ ਜੋ ਬੱਚਾ ਭਾਰਤ ਵਿੱਚ ਜਨਮ ਲੈਂਦਾ ਉਹਦੇ ਮਾਤਾ ਪਿਤਾ ਦੇ ਵਿੱਚੋਂ ਜੇ ਕੋਈ ਇੱਕ ਵੀ ਭਾਰਤੀ ਆ ਤਾਂ ਵੀ ਨਾਗਰਿਕਤਾ ਮਿਲ ਜੂਗੀ ਉਸ ਬੱਚੇ ਨੂੰ, ਉਹ ਭਾਰਤ ਦਾ ਨਾਗਰਿਕ ਹੋਵੇਗਾ। ਫਿਰ ਇਹਦਾ ਵੀ ਨਜਾਇਜ਼ ਫਾਇਦਾ ਉਠਾਇਆ ਆਪਣੀ ਹੱਦ ਲੱਗਦੀ ਹੈ ਜੰਮੂ ਕਸ਼ਮੀਰ ਨਾਲ। ਜੰਮੂ ਕਸ਼ਮੀਰ 'ਤੇ ਸਭ ਤੋਂ ਜ਼ਿਆਦਾ ਮਤਲਬ ਜੰਮੂ ਕਸ਼ਮੀਰ ਦੀ ਹੱਦ ਲੱਗਦੀ ਆ ਪਾਕਿਸਤਾਨ ਨਾਲ, ਠੀਕ ਹੈ, ਜੰਮੂ ਕਸ਼ਮੀਰ ਦੀ। ਅਤੇ ਜੰਮੂ ਕਸ਼ਮੀਰ 'ਤੇ ਸਭ ਤੋਂ ਜ਼ਿਆਦਾ ਪਾਕਿਸਤਾਨ ਹਮਲੇ ਕਰਦਾ, ਹਰੇਕ ਤੀਜੇ ਦਿਨ ਹਮਲਾ ਹੁੰਦਾ ਹੀ ਰਹਿੰਦਾ, ਠੀਕ ਹੈ। ਅਤੇ ਇਸ ਕਰਕੇ ਜੰਮੂ ਕਸ਼ਮੀਰ ਦੇ ਲੋਕਾਂ ਨੇ ਫਿਰ ਤੋਂ ਇਹਦਾ ਫਾਇਦਾ ਉਠਾਇਆ ਕਿ ਉਹ ਕਿਸੇ ਵੀ ਲੜਕੀ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਉਸ ਤੋਂ ਬਾਅਦ ਵਿਆਹ ਵਗੈਰਾ ਕਰਵਾ ਕੇ ਜਦੋਂ ਪ੍ਰੈਗਨੈਂਟ ਹੋ ਜਾਂਦੀ ਸੀ ਤਾਂ ਬੱਚੇ ਨੂੰ ਸ਼ੁਰੂ ਤੋਂ ਹੀ ਇੱਦਾਂ ਦੀ ਟ੍ਰੇਨਿੰਗ ਦੇਣੀ, ਅੱਤਵਾਦ ਵਗੈਰਾ ਫੈਲਾਉਣਾ। ਤਾਂ ਇੱਦਾਂ ਦਾ ਮਤਲਬ ਕਿ ਕੁਛ ਹੋਣ ਲੱਗਾ। ਜਦੋਂ ਇੱਦਾਂ ਦੇ ਕੇਸ ਸਾਹਮਣੇ ਆਏ ਫਿਰ 2003 ਦੇ ਵਿੱਚ ਇੱਕ ਸੰਸਦ ਨੇ ਫਿਰ ਕਾਨੂੰਨ ਲੈ ਕੇ ਆਉਂਦਾ ਅਤੇ ਫਿਰ 2003 ਦੇ ਵਿੱਚ ਕਹਿ ਦਿੱਤਾ ਗਿਆ ਕਿ ਮਾਤਾ ਪਿਤਾ ਦੀ ਨਾਗਰਿਕਤਾ ਦੋਵਾਂ ਦੀ ਵੈਲਿਡ ਹੋਣੀ ਚਾਹੀਦੀ ਆ, ਫਿਰ ਉਹ ਬੱਚਾ ਭਾਰਤ ਦਾ ਨਾਗਰਿਕ ਕਹਿਲਾਊਗਾ। ਤਾਂ ਇਹ ਕਿਹੜੀ ਕਮੇਟੀ ਦੇ ਆਧਾਰ 'ਤੇ ਕੀਤਾ ਗਿਆ ਸੀ? ਤਾਂ ਇਹ ਕਿਆ ਕੀਤਾ ਗਿਆ ਸੀ ਜੀ, ਦੱਸੋ ਜਲਦੀ ਨਾਲ ਜਿਹੜੇ ਸਟੂਡੈਂਟਸ ਨੂੰ ਪਤਾ, ਕਿਹੜੀ ਕਮੇਟੀ ਦੀ ਸਿਫਾਰਿਸ਼ ਸੀਗੀ ਇਹ? ਤਾਂ ਇਹ ਸੀਗੀ ਜੀ LM ਸਿੰਘਵੀ ਕਮੇਟੀ ਦੀ ਸਿਫਾਰਿਸ਼। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਕਿ ਦੋਨਾਂ ਦੇ ID ਪਰੂਫ ਵੈਲਿਡ ਹੋਣ। ਨੈਕਸਟ ਹੈ, ਨਾਗਰਿਕਤਾ ਹਾਸਲ ਕਰਨ ਅਤੇ ਗਵਾਉਣ ਦੇ ਵਿਸ਼ੇ 'ਤੇ ਕਿੱਥੇ ਵਿਸਥਾਰ ਨਾਲ ਚਰਚਾ ਕੀਤੀ ਗਈ ਹੈ? ਤਾਂ 1955 ਦੇ ਅਧੀਨਿਯਮ ਦੇ ਵਿੱਚ ਵਿਸਥਾਰ ਨਾਲ ਚਰਚਾ ਕੀਤੀ ਗਈ ਹੈ। ਆਪਸ਼ਨ ਏ ਇੱਥੇ ਰਾਈਟ ਆਨਸਰ ਹੈ ਕਿ ਨਾਗਰਿਕਤਾ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ, ਕਿਉਂਕਿ ਜਿਹੜੀ ਪਹਿਲਾਂ 5 ਤੋਂ 11 ਦੇ ਵਿੱਚ ਗੱਲ ਹੋ ਗਈ ਨਾ, ਉਹਦੇ ਵਿੱਚ ਤਾਂ ਉਸ ਸਮੇਂ ਦੇ ਮਾਹੌਲ ਨੂੰ ਕੰਟਰੋਲ ਕਰਨ ਲਈ ਕੀਤਾ ਗਿਆ ਸੀਗਾ। ਬਾਅਦ 'ਚ 11 'ਚ ਕਹਿਤਾ ਕਿ ਸੰਸਦ ਹੀ ਨਵੇਂ ਕਾਨੂੰਨ ਬਣਾਓ, ਫਿਰ ਸੰਸਦ ਨੇ ਬਣਾਇਆ 1955 'ਚ। ਨੈਕਸਟ ਹੈ, ਸੰਸਦ ਨੇ ਸੰਵਿਧਾਨ ਦੁਆਰਾ ਪ੍ਰਦਾਨ ਕੀਤੀ ਨਾਗਰਿਕਤਾ ਬਾਰੇ ਇੱਕ ਵਿਆਪਕ ਨਾਗਰਿਕਤਾ ਕਾਨੂੰਨ ਕਦੋਂ ਬਣਾਇਆ? 1955 'ਚ। ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ, ਭਾਰਤੀ ਸੰਵਿਧਾਨ ਵਿੱਚ ਨਾਗਰਿਕਤਾ ਦੇ ਉਪਬੰਧ ਕਦੋਂ ਲਾਗੂ ਹੋਏ? ਐਜ਼ ਅ ਟੈਸਟ ਵੀ ਤੁਸੀਂ ਆਨਸਰ ਦੇ ਸਕਦੇ ਹੋ। ਪਤਾ ਤੁਹਾਨੂੰ 26 ਨਵੰਬਰ 1949 ਨੂੰ ਜਦੋਂ ਸੰਵਿਧਾਨ ਬਣ ਕੇ ਤਿਆਰ ਹੋਇਆ, ਅਪਣਾਇਆ ਗਿਆ, ਤਾਂ ਕੁਝ ਉਪਬੰਧ ਉਸੇ ਦਿਨ ਹੀ ਲਾਗੂ ਕਰ ਦਿੱਤੇ ਗਏ ਸੀ। ਨੈਕਸਟ ਹੈ, ਅਜਿਹੇ ਸਾਰੇ ਵਿਅਕਤੀ ਜੋ, ਇਹ ਵੀ ਰਿਪੀਟ ਹੋ ਗਿਆ, ਤੁਸੀਂ ਆਨਸਰ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖ ਦਿਓ ਇਸ ਕੁਐਸਚਨ ਦਾ, ਜਿਹੜੇ ਵੀ ਸਟੂਡੈਂਟਸ ਨੂੰ ਪਤਾ। ਹਾਂਜੀ, ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਆਨਸਰ ਦਿਓ। ਨੈਕਸਟ ਟਾਈਮ MCQ ਕਰਦੇ ਹਾਂ ਜੀ ਅਸੀਂ, ਜਿਹੜੇ ਵੀ ਦੇਖੋ ਕਰਵਾ ਦਿੰਦੀ ਹਾਂ। ਚਲੋ ਇਹ ਵੀ, ਅਜਿਹੇ ਸਾਰੇ ਵਿਅਕਤੀ ਜੋ 26 ਜਨਵਰੀ 1950 ਨੂੰ ਜਾਂ ਉਸ ਤੋਂ ਬਾਅਦ ਜੰਮੇ ਆ, ਉਹ ਭਾਰਤ ਦੇ ਨਾਗਰਿਕ ਮੰਨੇ ਜਾਣਗੇ। ਨੈਕਸਟ ਹੈ, ਨਾਗਰਿਕਤਾ ਸੋਧ ਬਿੱਲ 2019 ਸੰਸਦ ਦੁਆਰਾ ਕਦੋਂ ਪਾਸ ਕੀਤਾ ਗਿਆ? 11 ਦਸੰਬਰ 2019 ਨੂੰ। ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ, ਕਿਸ ਕਮੇਟੀ ਦੀ ਸਿਫਾਰਿਸ਼ 'ਤੇ ਸੰਕਟਕਾਲੀਨ ਸਥਿਤੀਆਂ ਨਾਲ ਨਜਿੱਠਣ ਲਈ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਦੋਹਰੀ ਨਾਗਰਿਕਤਾ ਪ੍ਰਾਪਤ ਪ੍ਰਦਾਨ ਕਰਨ ਦਾ ਪ੍ਰਬੰਧ ਕੀਤਾ ਗਿਆ ਸੀ? ਹਾਂਜੀ, ਕਿਹੜੀ ਕਮੇਟੀ ਨੇ ਦੋਹਰੀ ਨਾਗਰਿਕਤਾ ਦੀ ਸਿਫਾਰਿਸ਼ ਕੀਤੀ ਸੀ? ਸਿੰਘਵੀ ਕਮੇਟੀ ਨੇ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਭਾਰਤ ਦੇ ਨੈਸ਼ਨਲ ਰਜਿਸਟਰਡ ਆਫ ਸਿਟੀਜ਼ਨ ਵਿੱਚ ਕਿਸ ਰਾਜ ਦੇ ਭਾਰਤੀਆਂ ਦੇ ਨਾਮ ਹਨ? ਹਾਂਜੀ, ਭਾਰਤ ਦੇ ਨੈਸ਼ਨਲ ਰਜਿਸਟਰਡ ਆਫ ਸਿਟੀਜ਼ਨ ਦੇ ਵਿੱਚ ਨਾਮ ਹਨ ਜੀ ਅਸਮ ਦੇ, ਯਾਨੀ ਕਿ ਅਸਮ ਦੇ ਵਿੱਚ ਸਭ ਤੋਂ ਪਹਿਲਾਂ ਲਾਗੂ ਹੋਇਆ ਸੀ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ।
ਠੀਕ ਹੈ, ਨੈਕਸਟ ਹੈ ਭਾਰਤ ਦਾ ਪਹਿਲਾ ਨਾਗਰਿਕ ਕੌਣ ਆ? ਰਾਸ਼ਟਰਪਤੀ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ, ਬਹੁਤ ਇੰਪੋਰਟੈਂਟ ਆ ਪਰ ਹੁਣ ਨਹੀਂ ਕਿਉਂਕਿ ਬੇਸਿਕ 'ਚ ਰਹਿ ਗਿਆ, ਹੁਣ ਪੇਪਰ ਟਫ ਆਉਣ ਲੱਗ ਗਿਆ। ਨੈਕਸਟ ਹੈ ਭਾਰਤ ਵਿੱਚ ਨਾਗਰਿਕਤਾ ਸੋਧ ਕਾਨੂੰਨ ਕਿਸ ਮਿਤੀ ਤੋਂ ਲਾਗੂ ਹੋਇਆ? ਤਾਂ ਨਾਗਰਿਕਤਾ ਸੋਧ ਕਾਨੂੰਨ ਜਿਹੜਾ ਕਿ ਪਾਸ ਹੋਇਆ ਸੀ 11 ਦਸੰਬਰ 2019 ਨੂੰ ਅਤੇ ਉਹ ਲਾਗੂ ਹੋਇਆ 11 ਮਾਰਚ 2024 ਨੂੰ। ਕਦੋਂ ਲਾਗੂ ਹੋਇਆ? 11 ਮਾਰਚ 2024 ਨੂੰ। ਹਾਂਜੀ, ਹੁਣ ਅਸੀਂ ਕੱਲ੍ਹ ਦੀ ਕਲਾਸ ਦੇ ਵਿੱਚ ਕਰਾਂਗੇ ਭਾਰਤੀ ਸੰਵਿਧਾਨ ਦਾ ਭਾਗ 3 ਮੌਲਿਕ ਅਧਿਕਾਰ, ਅਤੇ ਇਹ ਮਤਲਬ ਕਿ ਹੁਣ ਤੁਹਾਡਾ ਨਾਗਰਿਕਤਾ ਵਾਲਾ ਜਿਹੜਾ ਪੋਰਸ਼ਨ ਆ ਉਹ ਖਤਮ ਹੋ ਚੁੱਕਿਆ ਵਾ, ਇਸ ਕਰਕੇ ਹੁਣ ਅਸੀਂ ਕਰਾਂਗੇ ਪੰਜਾਬ ਪੁਲਿਸ ਕੌਂਸਟੇਬਲ ਦੇ ਪੇਪਰ ਵਿੱਚ ਆ ਚੁੱਕੇ MCQ। ਹਾਂਜੀ ਦੇਖੋ, ਜਿਹੜੇ MCQ ਪੰਜਾਬ ਪੁਲਿਸ ਕੌਂਸਟੇਬਲਸ ਆਇਆ ਅਤੇ ਬੋਰਡ ਵੱਲੋਂ ਹੀ ਆਨਸਰ ਕੀ ਆ ਜਿਹੜੀ ਨਾਲ ਹੀ ਦਿੱਤੀ ਹੋਈ ਹੈ ਵਿੱਚ। ਹਾਂਜੀ, ਇਹਦੇ ਵਿੱਚ ਭਾਰਤੀ ਸੰਵਿਧਾਨ ਸਾਨੂੰ ਕਿਹੜੀ ਨਾਗਰਿਕਤਾ ਪ੍ਰਦਾਨ ਕਰਦਾ? ਤਾਂ ਭਾਰਤੀ ਸੰਵਿਧਾਨ ਸਾਨੂੰ ਅਕਹਿਰੀ ਨਾਗਰਿਕਤਾ ਪ੍ਰਦਾਨ ਕਰਦਾ। ਆਪਸ਼ਨ B ਇੱਥੇ ਰਾਈਟ ਆਨਸਰ ਸੀ। ਨੈਕਸਟ ਹੈ, ਜੇਕਰ ਕੋਈ ਭਾਰਤੀ ਨਾਗਰਿਕਤਾ, ਦੇਖੋ ਜਿਹੜਾ ਪੇਪਰ ਆ ਪੰਜਾਬ ਪੁਲਿਸ ਕੌਂਸਟੇਬਲ ਦਾ ਔਨਲਾਈਨ ਹੁੰਦਾ ਕੰਪਿਊਟਰ 'ਤੇ ਸਬਮਿਟ ਹੋ ਜਾਂਦਾ, ਬਾਅਦ ਵਿੱਚ ਜਦੋਂ ਰਿਜ਼ਲਟ ਕੱਢੇ ਜਾਂਦੇ ਆ ਤਾਂ ਰਿਜ਼ਲਟ ਜਦੋਂ ਕੱਢੇ ਜਾਂਦੇ ਆ ਤਾਂ ਰਿਜ਼ਲਟ ਦੇ ਵਿੱਚ ਕੀ ਆ, ਲਾਸਟ ਟਾਈਮ ਆਨਸਰ ਕੀ ਆਉਂਦੀ ਆ ਕਿ ਤੁਸੀਂ ਆਪਣੇ MCQ ਚੈੱਕ ਕਰ ਲਓ ਕਿ ਇਹ ਰਾਈਟ ਆਨਸਰ ਸੀ। ਤਾਂ ਇਹ ਆਨਸਰ ਕੀ ਇੱਦਾਂ ਦੀ ਆਉਂਦੀ ਆ, ਜਦੋਂ ਆਨਸਰ ਕੀ ਆਉਂਦੀ ਹੈ ਤਾਂ ਮੈਂ ਅਲੱਗ ਅਲੱਗ ਡੇ ਜਿਹੜੇ ਬੱਚਿਆਂ ਦੇ ਐਗਜ਼ਾਮ ਸੀ ਅਕੈਡਮੀ ਦੇ ਵਿੱਚ ਜਿਹੜੇ ਆਉਂਦੇ ਆ ਮੇਰੇ ਕੋਲ, ਮੈਂ ਉਹਨਾਂ ਦੇ ਐਗਜ਼ਾਮ 'ਚੋਂ ਮਤਲਬ ਡਾਊਨਲੋਡ ਕਰਕੇ ਆਪਣੇ ਕੋਲ ਰੱਖੇ ਹੋਏ ਆ, ਇਸ ਕਰਕੇ ਮੇਰੇ ਕੋਲ ਹਰੇਕ ਦਿਨ ਦਾ ਐਗਜ਼ਾਮ ਹੈਗਾ ਵਾ। ਠੀਕ ਹੈ, ਇਸ ਕਰਕੇ ਮੈਂ ਅਲੱਗ ਅਲੱਗ, ਹੁਣ ਦੇਖੋ 5 ਅਗਸਤ ਤੋਂ ਸ਼ੁਰੂ ਹੋਏ, 14 ਸਪਤੰਬਰ 2023 ਨੂੰ ਪੇਪਰ ਖਤਮ ਹੋਏ ਸੀਗੇ ਪੰਜਾਬ ਪੁਲਿਸ ਕੌਂਸਟੇਬਲ ਦੇ, ਤਾਂ ਉਹਨਾਂ ਦੇ ਵਿੱਚ ਇੰਨੇ ਜਿਹੜੇ ਪੇਪਰ ਹੋਏ, ਹਰੇਕ ਦਿਨ ਦੇ ਵਿੱਚ 2 ਪੇਪਰ ਹੋਏ ਆ ਅਤੇ ਉਹ ਸਾਰੇ ਪੇਪਰ ਮੇਰੇ ਕੋਲ ਹੈਗੇ ਆ, ਮੈਂ ਉਹਨਾਂ ਦੇ ਵਿੱਚੋਂ ਸਕਰੀਨਸ਼ੋਟ ਲਏ ਹੋਏ ਆ। ਹਾਂਜੀ, ਨੈਕਸਟ ਹੈ, ਜੇਕਰ ਕੋਈ ਭਾਰਤੀ ਨਾਗਰਿਕਤਾ ਪ੍ਰਾਪਤ ਕਰਨ ਲਈ ਇਛੁੱਕ ਹੈ ਤਾਂ ਦਿੱਤੇ ਗਏ ਅਧਿਨਿਯਮਾਂ ਵਿੱਚੋਂ ਕਿਹੜਾ ਅਧਿਨਿਯਮ ਲਾਗੂ ਹੋਵੇਗਾ? ਤਾਂ ਨਾਗਰਿਕਤਾ ਅਧਿਨਿਯਮ 1955। ਉਮੀਦ ਕਰਦੇ ਹਾਂ ਕਿ ਹੁਣ ਤੁਹਾਨੂੰ ਸਮਝ ਆ ਰਹੀ ਹੈ ਇੱਕ ਵਾਰ ਪੜ੍ਹਨ 'ਤੇ। ਨੈਕਸਟ ਹੈ, ਨਾਗਰਿਕਤਾ ਦੀ ਰਜਿਸਟ੍ਰੇਸ਼ਨ ਲਈ ਅਰਜ਼ੀ ਦੇਣ ਤੋਂ ਪਹਿਲਾਂ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਕਿੰਨੇ ਸਾਲਾਂ ਲਈ ਭਾਰਤ ਦਾ ਨਿਵਾਸੀ ਹੋਣਾ ਚਾਹੀਦਾ? ਮਤਲਬ ਭਾਰਤ ਵਿੱਚ ਜਦੋਂ ਅਸੀਂ ਰਜਿਸਟ੍ਰੇਸ਼ਨ ਦੀ ਅਰਜ਼ੀ ਦੇਣੀ ਹੈ, ਰਜਿਸਟ੍ਰੇਸ਼ਨ ਦੁਆਰਾ ਨਾਗਰਿਕਤਾ ਮਿਲਦੀ ਹੈ ਨਾ, ਤਾਂ ਕਿੰਨੇ ਸਾਲ ਭਾਰਤ ਵਿੱਚ ਰਹੇ ਹੋਣਾ ਚਾਹੀਦਾ? 7 ਸਾਲ। ਆਪਸ਼ਨ A ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ, ਭਾਰਤ ਦੇ ਸੰਵਿਧਾਨ ਦਾ ਕਿਹੜਾ ਅਨੁਛੇਦ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨਾਗਰਿਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਪ੍ਰਦਾਨ ਕਰਦਾ? ਇਹਦੇ ਵਿੱਚੋਂ ਨਹੀਂ ਆਇਆ, ਬਾਈ ਮਿਸਟੇਕ ਬਸ ਨਾਗਰਿਕ ਦੇਖ ਕੇ ਮੈਂ ਸਕਰੀਨਸ਼ੋਟ ਮਾਰ ਲਿਆ ਹੁਣ। ਤਾਂ ਆਪਸ਼ਨ A ਇੱਥੇ ਰਾਈਟ ਆਨਸਰ ਹੈ, ਅਨੁਛੇਦ 326। ਨੈਕਸਟ, ਵੈਸੇ ਪੰਜਾਬ ਪਟਵਾਰੀ ਦੇ ਪੇਪਰ 'ਚ ਆ ਚੁੱਕਿਆ ਵਾ। ਠੀਕ ਹੈ, ਪੰਜਾਬ ਪਟਵਾਰੀ 'ਚ ਵੀ ਆਇਆ, ਹੁਣ ਕੌਂਸਟੇਬਲ 'ਚ ਵੀ ਆਇਆ 2023 'ਚ। ਨੈਕਸਟ ਹੈ, ਹੇਠ ਲਿਖੀਆਂ ਕਿਹੜੀਆਂ ਭਾਰਤ ਦੀ ਨਾਗਰਿਕਤਾ ਪ੍ਰਾਪਤ ਕਰਨ ਦੀਆਂ ਸ਼ਰਤਾਂ ਨਿਰਧਾਰਿਤ ਕਰਨ ਦੇ ਯੋਗ ਨਹੀਂ ਹਨ? ਤਾਂ ਹਾਂਜੀ, ਭਾਰਤ ਦੀ, ਦੇਖੋ ਭਾਰਤ ਦੇ ਵਿੱਚ ਭਾਰਤੀ ਨਾਗਰਿਕਤਾ ਪ੍ਰਾਪਤ ਕਰਨ ਦੀਆਂ ਸ਼ਰਤਾਂ ਨਿਰਧਾਰਿਤ ਕਰਨ ਦੇ ਯੋਗ ਨਹੀਂਗੇ ਪੁੱਛਿਆ ਤਾਂ ਰਾਜ ਵਿਧਾਨ ਮੰਡਲ ਅਤੇ ਪ੍ਰਧਾਨ ਮੰਤਰੀ ਨਹੀਂਗੇ। ਠੀਕ ਹੈ, ਭਾਰਤ ਦੀ ਸੰਸਦ ਆ ਜਿਹੜੀ ਇਹ ਨਾਗਰਿਕਤਾ ਸੰਬੰਧੀ ਕਾਨੂੰਨ ਬਣਾ ਸਕਦੀ ਅਤੇ ਭਾਰਤ ਦਾ ਗ੍ਰਹਿ ਮੰਤਰਾਲਾ ਵੀ ਬਣਾ ਸਕਦਾ। ਵੇਟ ਕਰੋ, ਪੜ੍ਹਦੇ MCQ। ਹੇਠਾਂ ਲਿਖਿਆਂ ਵਿੱਚੋਂ ਕਿਹੜੀਆਂ ਭਾਰਤ ਦੀ ਨਾਗਰਿਕਤਾ ਪ੍ਰਾਪਤ ਕਰਨ ਲਈ ਸ਼ਰਤਾਂ ਨਿਰਧਾਰਿਤ ਕਰਨ ਦੇ ਯੋਗ ਨਹੀਂ ਹਨ? ਸੰਸਦ ਤੋਂ ਬਿਨਾਂ ਹੋਰ ਕੋਈ ਨਹੀਂ। ਜੇਕਰ ਸੰਸਦ ਕਹੂਗੀ ਕਿ ਇਹਦੇ ਵਿੱਚ ਆਪਾਂ ਸੋਧ ਕਰਨੀ ਆ ਤਾਂ ਗ੍ਰਹਿ ਮੰਤਰਾਲੇ ਨੂੰ ਮਤਲਬ ਕਹੂਗੀ, ਫਿਰ ਹੀ ਗ੍ਰਹਿ ਮੰਤਰਾਲਾ ਕਰ ਸਕਦਾ। ਸਿਰਫ ਸੰਸਦ ਕੋਲ ਹੀ ਆ ਸ਼ਰਤਾਂ। ਠੀਕ ਹੈ, ਆਪਸ਼ਨ A ਇੱਥੇ ਇਸੇ ਕਰਕੇ ਰਾਈਟ ਆ। ਵੈਸੇ ਵੀ ਜੇਕਰ ਅਸੀਂ ਮੰਨ ਕੇ ਚੱਲੀਏ ਤਾਂ 1, 2 ਇਕੱਲੀ 2 ਅਤੇ 3 ਦੀ ਜੇ ਆਪਾਂ ਆਪਸ਼ਨ ਲਾਉਣੀ ਹੋਵੇ ਕਿ 2 ਅਤੇ 3 ਲੱਗ ਰਿਹਾ ਸਾਨੂੰ, ਠੀਕ ਹੈ, ਕਿਉਂਕਿ ਮੈਂ ਤੁਹਾਨੂੰ ਗ੍ਰਹਿ ਮੰਤਰਾਲਾ ਦੱਸਿਆ, ਤਾਂ 1 ਅਤੇ 2 ਸਹੀ ਆ।
ਥਰੀ ਅਤੇ ਫੋਰ ਗਲਤ ਆ, ਥਰੀ ਅਤੇ ਫੋਰ ਜਿਹੜੇ ਗਲਤ ਆ ਇਹ ਆਪਸ਼ਨ ਕਿਸੇ 'ਚ ਵੀ ਹੈ ਨਹੀਂ ਗੀ, ਅਤੇ ਥਰੀ ਫੋਰ ਵਾਲੀ ਆਪਸ਼ਨ ਇੱਕ ਵਨ ਨਾਲ ਪਈ ਆ, ਵਨ ਹੀ ਤਾਂ ਮੇਨ ਆ, ਸੰਸਦ ਦੀ ਤਾਂ ਕਾਨੂੰਨ ਬਣਾਉਂਦੀ ਆ, ਫਿਰ ਅਸੀਂ ਇਸ ਕਰਕੇ ਪਹਿਲੀ ਸਹੀ ਕਰਾਂਗੇ। ਕਲੀਅਰ? ਹੁਣ ਤੁਸੀਂ ਧਿਆਨ 'ਚ ਰੱਖਿਓ, ਜੇਕਰ ਤੁਹਾਨੂੰ ਵਨ ਅਤੇ ਟੂ ਵਾਲੀ ਆਪਸ਼ਨ ਆਉਂਦੀ ਹੈ ਸਹੀ ਕਿਹੜਾ ਪੁੱਛਿਆ, ਫਿਰ ਤੁਸੀਂ ਭਾਰਤ ਦਾ ਗ੍ਰਹਿ ਮੰਤਰਾਲਾ ਅਤੇ ਸੰਸਦ ਬਾਰੇ ਟਿੱਕ ਕਰੋਗੇ, ਕਿਉਂਕਿ ਐਮ ਸੀ ਕਿਊ ਘੁਮਾ ਫਿਰਾ ਕੇ ਉਹੀ ਪੁੱਛੇ ਜਾਂਦੇ ਆ, ਕਈ ਵਾਰ ਘੁਮਾ ਦਿੱਤਾ ਜਾਂਦਾ ਆਂਸਰ ਨੂੰ। ਠੀਕ ਹੈ, ਨੈਕਸਟ ਹੈ, ਭਾਰਤ ਵਿੱਚ ਨਾਗਰਿਕਤਾ ਪ੍ਰਾਪਤ ਕਰਨ ਲਈ ਹੇਠਾਂ ਲਿਖਿਆਂ ਵਿੱਚੋਂ ਕਿਹੜਾ ਵਿਧਾਨ ਸਹੀ ਨਹੀਂ ਹੈ? ਨਾਗਰਿਕਤਾ ਕਿਹਦੇ ਦੁਆਰਾ ਪ੍ਰਾਪਤ ਕੀਤੀ ਜਾ ਸਕਦੀ? ਰਜਿਸਟ੍ਰੇਸ਼ਨ ਦੁਆਰਾ, ਜਨਮ ਦੁਆਰਾ, ਰਾਸ਼ਟਰੀਕਰਨ ਦੁਆਰਾ, ਪਰ ਮੰਤਰਾਲਿਆਂ ਦੇ ਸੰਬੰਧ ਦੁਆਰਾ ਨਹੀਂ। ਆਪਸ਼ਨ ਸੀ ਇੱਥੇ ਰਾਈਟ ਆਂਸਰ ਹੈ, ਇਹਨਾਂ ਦੁਆਰਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਨੈਕਸਟ ਹੈ ਜੀ, ਦੇਖੋ ਇਹਦੇ ਵਿੱਚ ਵੀ ਕੀ ਆ, ਆਰਟੀਕਲ ਬਾਰੇ ਪੁੱਛਿਆ ਗਿਆ ਵਾ, ਅਤੇ ਇਹਦੇ ਵਿੱਚ ਸਿਟੀਜ਼ਨਸ਼ਿਪ ਲਿਖਿਆ। ਠੀਕ ਹੈ, ਤੁਸੀਂ ਇੱਥੋਂ ਹੀ ਦੇਖ ਸਕਦੇ ਹੋ ਨਾਗਰਿਕਤਾ ਨਾਲ ਸੰਬੰਧਿਤ ਆ, ਨਾ ਤਾਂ ਨਾਗਰਿਕਤਾ ਕਿੰਨੇ ਤੋਂ ਕਿੰਨੇ ਤੱਕ ਆ, 5 ਤੋਂ 11 ਤੱਕ ਆ, 5 ਤੋਂ 11 ਤੱਕ ਆ, 3 ਨਾਗਰਿਕਤਾ ਬਾਰੇ ਨਹੀਂ ਗਾ, 6 ਨਾਗਰਿਕਤਾ ਬਾਰੇ ਨਹੀਂ ਗਾ, ਅੱਗੇ ਹੈਗਾ 10, 10 ਅਤੇ 8 ਵਿੱਚੋਂ ਤੁਸੀਂ ਆਪਸ਼ਨ ਟਿੱਕ ਕਰਨੀ ਆ। ਆਰਟੀਕਲ 10 ਦੇ ਵਿੱਚ ਕੀ ਆ, ਅਪਰਾਧ ਬਾਰੇ ਆ। ਆਰਟੀਕਲ 8 ਦੇ ਵਿੱਚ ਕੀ ਆ ਕਿ ਜੇਕਰ ਕੋਈ ਬੱਚਾ ਭਾਰਤ ਦੇ ਬਾਹਰ ਰਹਿ ਰਿਹਾ ਉਹ ਭਾਰਤ ਦਾ ਨਾਗਰਿਕ ਹੋਵੇਗਾ ਜਾਂ ਨਹੀਂ ਹੋਵੇਗਾ, ਇਹ ਜਾਣਕਾਰੀ ਮਿਲਦੀ ਆ। ਅਤੇ ਇਹਦੇ ਵਿੱਚ ਉਹਨਾਂ ਨੇ ਸਾਨੂੰ ਇਹੀ ਪੁੱਛਿਆ ਕਿ ਇਹਨਾਂ ਵਿੱਚੋਂ ਕਿਹੜਾ ਆਰਟੀਕਲ ਆ ਜਿਹੜਾ ਭਾਰਤ ਤੋਂ ਬਾਹਰ ਰਹਿ ਰਹੇ ਭਾਰਤੀ ਮੂਲ ਦੇ ਕੁਝ ਵਿਅਕਤੀਆਂ ਦੇ ਨਾਗਰਿਕਤਾ ਦੇ ਅਧਿਕਾਰਾਂ ਬਾਰੇ ਦੱਸਦਾ ਵਾ, ਤਾਂ ਆਪਸ਼ਨ ਨੰਬਰ ਇੱਥੇ ਏ ਆ ਫਿਰ, ਆਰਟੀਕਲ 8। ਨੈਕਸਟ ਹੈ, ਸੰਵਿਧਾਨ ਦੇ ਹੇਠ ਲਿਖੇ ਅਨੁਛੇਦਾਂ ਵਿੱਚੋਂ ਕਿਹੜਾ ਸਵੈ ਇੱਛਾ ਨਾਲ ਵਿਦੇਸ਼ੀ ਨਾਗਰਿਕਤਾ ਪ੍ਰਾਪਤ ਕਰਨ ਵਾਲਾ ਵਿਅਕਤੀ ਦੇਸ਼ ਦਾ ਨਾਗਰਿਕ ਨਹੀਂ ਹੋਵੇਗਾ ਨਾਲ ਸੰਬੰਧਿਤ ਹੈ? ਹਾਂਜੀ, ਕਿਹੜਾ ਆਰਟੀਕਲ ਦੱਸਦਾ ਵਾ ਕਿ ਨਾਗਰਿਕਤਾ ਜੇਕਰ ਕੋਈ ਵਿਅਕਤੀ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰ ਲੈਂਦਾ ਤਾਂ ਉਹ ਭਾਰਤ ਦਾ ਨਾਗਰਿਕ ਨਹੀਂ ਰਹੇਗਾ? ਤਾਂ ਇਹ ਦੱਸਦਾ ਜੀ ਆਰਟੀਕਲ 9। ਨੈਕਸਟ ਹੈ ਜੀ, ਹਾਂਜੀ ਅੱਗੇ ਦੇ ਅੱਗੇ ਉਹਨਾਂ ਨੇ ਲਿਖਿਆ ਵਾ ਕਿ ਭਾਰਤੀ ਸੰਵਿਧਾਨ ਦਾ ਨਾਗਰਿਕਤਾ ਅਧਿਨਿਯਮ 1955 ਵਿੱਚ ਕਿਹੜਾ ਸੈਕਸ਼ਨ ਸਾਨੂੰ ਦੱਸਦਾ ਵੰਸ਼ ਦੁਆਰਾ ਨਾਗਰਿਕਤਾ ਪ੍ਰਾਪਤ ਕੀਤੀ ਜਾ ਸਕਦੀ ਹੈ? ਠੀਕ ਹੈ, ਵੰਸ਼ ਦੇ ਆਧਾਰ 'ਤੇ ਨਾਗਰਿਕਤਾ ਪ੍ਰਾਪਤ ਕੀਤੀ ਜਾ ਸਕਦੀ ਹੈ, ਤਾਂ ਇਹ ਸੈਕਸ਼ਨ 4 ਜਾਣੀ ਕਿ ਧਾਰਾ 4 ਦੇ ਵਿੱਚ ਜਾਣਕਾਰੀ ਮਿਲਦੀ ਹੈ। ਦੇਖੋ ਅਧਿਨਿਯਮ ਦੇ ਵੀ ਅੱਗੇ ਸੈਕਸ਼ਨ ਆ, ਸੈਕਸ਼ਨ 1, 2, 3, 4, 5, ਅਤੇ ਇਹਨਾਂ ਦੇ ਵਿੱਚੋਂ ਸੈਕਸ਼ਨ 4 ਆ ਜਿਹੜਾ ਸਾਨੂੰ ਨਾਗਰਿਕਤਾ ਬਾਰੇ ਦੱਸਦਾ ਵਾ। ਠੀਕ ਹੈ, ਨੈਕਸਟ ਹੈ, ਭਾਰਤ ਦੇ ਸੰਵਿਧਾਨ ਦਾ ਭਾਗ 2 ਭਾਰਤੀ ਨਾਗਰਿਕਤਾ ਨਾਲ ਸੰਬੰਧਿਤ ਆ, ਹੇਠਾਂ ਲਿਖਿਆਂ ਵਿੱਚੋਂ ਕਿਹੜੇ ਅਨੁਛੇਦ 'ਤੇ ਲਾਗੂ ਹੁੰਦਾ? ਦੇਖੋ ਆਪਣੇ ਆਪ ਹੀ ਆ ਗਿਆ ਨਾ, 5 ਤੋਂ 11। ਭਾਰਤ ਦਾ ਸੰਵਿਧਾਨ ਭਾਗ 2 ਦੇ ਵਿੱਚ ਭਾਰਤੀ ਨਾਗਰਿਕਤਾ ਕਿੰਨੇ ਤੋਂ ਕਿੰਨੇ ਆਰਟੀਕਲ ਆ? 5 ਤੋਂ 11। ਨੈਕਸਟ ਹੈ, ਭਾਰਤ ਦਾ ਸੰਵਿਧਾਨ ਕਿਹੜੀ ਨਾਗਰਿਕਤਾ ਪ੍ਰਦਾਨ ਕਰਦਾ? ਅਕਹਿਰੀ ਨਾਗਰਿਕਤਾ। ਅੱਗੇ ਜੀ ਸਕਰੀਨਸ਼ੋਟ ਦੇ ਵਿੱਚ ਬਾਈ ਮਿਸਟੇਕ ਕ੍ਰੋਪ ਨਹੀਂ ਕੀਤਾ ਮੈਂ, ਮਤਲਬ ਕਰੰਟ ਅਫੇਅਰ ਦਾ ਵਾ। ਨੈਕਸਟ ਹੈ, 1955 ਦੇ ਅਧਿਨਿਯਮ ਦੇ ਹੇਠ ਲਿਖੀਆਂ ਧਾਰਾਵਾਂ ਵਿੱਚੋਂ ਕਿਹੜੀ ਧਾਰਾ ਰਜਿਸਟ੍ਰੇਸ਼ਨ ਦੁਆਰਾ ਨਾਗਰਿਕਤਾ ਪ੍ਰਦਾਨ ਕਰਦੀ ਹੈ? ਦੇਖੋ ਜਿਹੜਾ ਸੈਕਸ਼ਨ 4 ਸੀ ਉਹ ਵੰਸ਼ ਦੇ ਆਧਾਰ 'ਤੇ ਦੱਸਦਾ ਵਾ, ਸੈਕਸ਼ਨ 5 ਰਜਿਸਟ੍ਰੇਸ਼ਨ ਦੁਆਰਾ ਨਾਗਰਿਕਤਾ ਪ੍ਰਾਪਤ ਕਰਨ ਬਾਰੇ ਦੱਸਦਾ। ਠੀਕ ਹੈ, ਤਾਂ ਰਜਿਸਟ੍ਰੇਸ਼ਨ ਦੁਆਰਾ ਨਾਗਰਿਕਤਾ ਮਿਲ ਸਕਦੀ, ਆਪਸ਼ਨ 4 ਇੱਥੇ ਰਾਈਟ ਆਂਸਰ ਹੈ। ਹਾਂਜੀ, ਇਸ ਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਹੈ, ਅਤੇ ਅੱਜ ਦੀ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਅੱਜ ਦੀ ਕਲਾਸ ਵਧੀਆ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ। ਧੰਨਵਾਦ ਜੀ, ਥੈਂਕਸ ਫੋਰ ਵਾਚਿੰਗ।